ਸੇਬ ਦੇ ਕਿੰਨੇ ਕੁ ਫਾਇਦੇ ਨੇ, ਕਿੰਨਾ ਕੁ ਕਿੰਨੇ ਕਿਹਦੇ 'ਚ ਨਿਊਟ੍ਰੀਸ਼ਨ ਹੁੰਦੇ ਨੇ। ਇਹਦੇ ਇੰਨੇ ਗੁਣਕਾਰੀ ਤੱਤ ਨੇ, ਬਹੁਤ ਸਾਰੇ ਰੋਗਾਂ ਤੋਂ ਮੁਕਤੀ ਵੀ ਦਵਾਉਂਦੇ ਨੇ। ਜਾਂ ਕੁਝ ਕਿਸਮਾਂ ਦੇ ਕੈਂਸਰ ਜੋ ਘੱਟ ਫਾਈਬਰ ਖਾਣ ਨਾਲ ਹੁੰਦੇ ਨੇ, ਉਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ, ਬਚਿਆ ਜਾ ਸਕਦਾ ਜੇ ਰੈਗੂਲਰ ਸੇਬ ਖਾਂਦੇ ਰਹੋ। ਹਰ ਹਫ਼ਤੇ 5 ਸੇਬ ਜੇ ਖਾਧੇ ਜਾਣ, ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼, ਖਾਸ ਕਰ ਦਮੇ ਦੇ ਰੋਗੀਆਂ ਨੂੰ ਦਵਾਈਆਂ ਜਿਹੜੀਆਂ ਉਹ ਲੈ ਰਹੇ ਸਨ, ਉਹਨਾਂ ਵਿੱਚੋਂ 1/4 ਮਰੀਜ਼ ਹੀ ਸਿਰਫ ਦਵਾਈਆਂ ਲੈਂਦੇ ਰਹੇ। ਲਾਲ ਐਪਲ ਬਾਰੇ ਸਾਰੇ ਆਪਾਂ ਸੁਣਦੇ ਵੀ ਲਾਲ ਲਾਲ ਸੇਬ ਖਾਣਾ, ਇਹ ਗ੍ਰੀਨ ਐਪਲ ਹੈ ਜਿਹੜਾ, ਉਹਨਾਂ ਦੋਨਾਂ ਦੇ ਫਾਇਦੇ ਇੱਕੋ ਜਿਹੇ ਹੁੰਦੇ ਨੇ। ਜਿਨ੍ਹਾਂ ਨੂੰ ਸੇਬ ਨਾਲ ਦਿੱਤਾ ਗਿਆ ਸੀ, ਉਹਨਾਂ ਦੇ ਚਮੜੀ ਦੇ ਰੋਗਾਂ ਤੇ ਵਧੀਆ ਅਸਰ ਦਿਖਿਆ, ਛੇਤੀ ਠੀਕ ਹੋਏ। ਜੇ ਸੇਬ ਦਾ ਪੂਰਾ ਫਾਇਦਾ ਲੈਣਾ ਜੇ, ਤਾਂ ਛਿੱਲੜ ਕਦੇ ਵੀ ਨਹੀਂ ਲਾਉਣੀ। ਕੋਈ ਇਹੋ ਜਿਹਾ ਨੁਕਸਾਨ ਹੈ ਸੇਬ ਖਾਣ ਨਾਲ ਵੀ, ਇਸ ਬਿਮਾਰੀ ਵਾਲਿਆਂ ਨੇ ਨਹੀਂ ਖਾਣਾ, ਇਸ ਸਪੈਸਿਫਿਕ ਪਰਸਨ ਨੇ ਨਹੀਂ ਖਾਣਾ? ਸੇਬ ਦੇ ਬੀਜ ਜ਼ਿਆਦਾ ਮਾਤਰਾ ਵਿੱਚ ਲੈ ਲਏ ਜਾਣ ਤਾਂ ਕਾਫੀ ਜ਼ਬਰਦਸਤ ਨੁਕਸਾਨ ਕਰ ਦਿੰਦੇ ਨੇ। ਪਹਿਲਾਂ ਹੀ ਦੱਸ ਦਿਆਂ ਕਿ ਸੁਕਾਏ ਹੋਏ ਸੇਬ ਖਾਣ ਨਾਲ ਤਗੜੀ ਐਲਰਜੀ ਹੋ ਸਕਦੀ ਹੈ, ਈਵਨ ਡੈਥ ਰਿਪੋਰਟ ਹੋਈ ਹੋਈ ਹੈ। ਚੱਕ ਮਾਰ ਕੇ ਖਾਓ ਤੇ ਉਹਦੇ ਨਾਲ ਦੰਦਾਂ ਦੇ ਵਿੱਚੋਂ ਕੁਦਰਤੀ ਤੌਰ ਤੇ ਸਫਾਈ ਵੀ ਹੋ ਜਾਂਦੀ ਹੈ। ਸੇਬ ਰੈਗੂਲਰ ਖਾਣ ਵਾਲਿਆਂ ਚ ਉਹ ਪਿੱਤੇ ਦੀ ਪੱਥਰੀ ਤੋਂ ਬਚਾ ਹੋ ਸਕਦਾ ਜੇ ਜਿਸਮਾਂ ਤੇ ਸਪਰੇ ਕਰਨ ਵਾਲੇ ਇਨਸਾਨੀਅਤ ਦੇ ਦੁਸ਼ਮਣ ਨੇ, ਇਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ, ਇਸ ਤੋਂ ਘੱਟ ਨਹੀਂ, ਕਿਉਂਕਿ ਸਿਰਫ ਸਿਰਫ ਜ਼ਹਿਰ ਦੇ ਰਹੇ ਨੇ। ਕਿਸੇ ਔਰਤ ਵੱਲ ਜਦੋਂ ਸੇਬ ਉਛਾਲ ਕੇ ਉਹਦੇ ਵੱਲ ਸੁੱਟਿਆ ਜਾਂਦਾ ਸੀ ਤਾਂ ਉਹ ਜੇ ਔਰਤ ਦੀ ਹਾਂ ਹੋਵੇ ਤਾਂ ਉਹ ਸੇਬ ਨੂੰ ਕੈਚ ਕਰ ਲੈਂਦੀ ਸੀ, ਉਹਦਾ ਮਤਲਬ ਸੀ ਕਿ ਹਾਂ ਵੀ ਹੈ, ਵਿਆਹ ਕਰਾ ਸਕਦੇ ਹੋ, ਤੇ ਜੇ ਪਿੱਠ ਮੋੜ ਲੈਂਦੀ ਸੀ, ਨਹੀਂ ਸੀ ਫੜਦੀ, ਤਾਂ ਮਤਲਬ ਹੈ ਕਿ ਨਾ। ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਤੇ ਦਾ ਖਾਲਸ ਟੀਵੀ ਦਾ ਜਿਹੜਾ ਸਾਡਾ ਖਾਸ ਪ੍ਰੋਗਰਾਮ ਹੈ, ਸਾਡੇ ਦਰਸ਼ਕਾਂ ਦਾ ਬੜਾ ਹੀ ਫੇਵਰੇਟ ਪਸੰਦੀਦਾ ਪ੍ਰੋਗਰਾਮ ਹੈ ਖਾਲਸ ਖਾਣਾ। ਉਹਦੇ ਨਾਲ ਮੈਂ ਹਰਸ਼ਰਨ ਕੌਰ ਤੇ ਡਾਕਟਰ ਹਰਸ਼ਿੰਦਰ ਕੌਰ ਤੁਹਾਡੇ ਸਭ ਦੇ ਨਾਲ ਫੇਰ ਤੋਂ ਜੁੜ ਚੁੱਕੇ ਹਾਂ, ਤੇ ਤੁਸੀਂ ਇੰਨਾ ਜਿਹੜਾ ਪਿਆਰ ਹੈ ਇਸ ਪ੍ਰੋਗਰਾਮ ਨੂੰ ਦਿੰਦੇ ਹੋ, ਉਹਦੇ ਲਈ ਅਸੀਂ ਤੁਹਾਡਾ ਸਭ ਦਾ ਧੰਨਵਾਦ ਵੀ ਕਰਦੇ ਹਾਂ, ਤੇ ਇੱਕ ਜਿਹੜੀ ਹਰ ਵਾਰੀ ਅਸੀਂ ਅਪੀਲ ਕਰਦੇ ਹਾਂ, ਅਸੀਂ 2 ਤੇ 2 ਚਾਰ ਹੱਥ ਜੋੜ ਕੇ, 2 ਮੇਰੇ 2 ਡਾਕਟਰ ਸਾਹਿਬ ਦੇ, ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਕਿਰਪਾ ਕਰਕੇ ਫੋਨ ਨਾ ਕਰਿਆ ਕਰੋ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਸਾਰਾ ਰਿਸਰਚ ਬੇਸਡ ਹੁੰਦਾ ਹੈ। ਜਿਵੇਂ ਡਾਕਟਰ ਸਾਹਿਬ ਆਪਾਂ ਨੂੰ ਦੱਸਦੇ ਨੇ, ਇੱਕ ਫਰੂਟ ਜਾਂ ਸਬਜ਼ੀ ਜਾਂ ਖਾਣ ਪੀਣ ਦੀ ਜਿਹੜੀ ਕੋਈ ਵੀ ਚੀਜ਼ ਹੈ, ਉਹ 'ਤੇ ਆਪਾਂ ਡਿਸਕਸ ਕਰਦੇ ਹਾਂ, ਉਹਦੇ ਆਪਾਂ ਨੂੰ ਫਾਇਦੇ ਅਤੇ ਨੁਕਸਾਨ ਡਾਕਟਰ ਸਾਹਿਬ ਸਾਨੂੰ ਦੱਸਦੇ ਨੇ। ਪਰ ਡਾਕਟਰ ਸਾਹਿਬ ਨੂੰ ਬੜੇ ਜਿਹੜੇ ਫੋਨ ਆਉਂਦੇ ਨੇ ਰੋਜ਼ਾਨਾ, ਮੈਨੂੰ ਲੱਗਦਾ ਜਦੋਂ ਦੱਸਦੇ ਨੇ ਮੈਨੂੰ ਕਿ ਇੰਨੇ ਫੋਨ ਆਉਂਦੇ ਨੇ, ਹੈਰਾਨੀ ਹੁੰਦੀ ਹੈ। ਗਿਣਤੀ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਘੰਟੇ ਦੇ ਵਿੱਚ 100 ਫੋਨ ਕਰ ਲੂ ਬੰਦਾ, ਮਤਲਬ ਘੰਟਾ ਦੇ ਵਿੱਚ 60 ਮਿੰਟ ਹੁੰਦੇ ਨੇ, 60 ਮਿੰਟ 'ਚ ਜੇ 100 ਫੋਨ ਆਉਣਗੇ ਤਾਂ ਪਰੇਸ਼ਾਨ ਤਾਂ ਹੋਏਗਾ ਨਾ ਬੰਦਾ। ਸੋ ਇੱਕ ਨਿੱਕੀ ਜਿਹੀ ਗੱਲ ਅਸੀਂ ਤੁਹਾਨੂੰ ਕਵਾਂਗੇ ਕਿ ਜੇ ਡਾਕਟਰ ਸਾਹਿਬ ਤੋਂ ਤੁਸੀਂ ਕੋਈ ਬਿਮਾਰੀ ਬਾਰੇ ਪੁੱਛਣਾ ਹੈ, ਤਾਂ ਉਹਦੇ ਲਈ ਆਪਾਂ ਨੂੰ ਡਾਕਟਰ ਸਾਹਿਬ ਨੂੰ ਮਿਲਣਾ ਹੀ ਪਊਗਾ। ਇਹ ਇੱਕ ਸਿੱਧੀ ਜੀ ਸਮਝਣ ਵਾਲੀ ਗੱਲ ਹੈਗੀ ਹੈ। ਸੋ ਮੈਂ ਆਪਣੇ ਵੱਲੋਂ ਨਿੱਜੀ ਤੌਰ 'ਤੇ ਅਪੀਲ ਕਰਦੀ ਹਾਂ, ਖਾਲਸ ਟੀਵੀ ਵੱਲੋਂ ਅਸੀਂ ਸਾਰੀ ਟੀਮ ਅਪੀਲ ਕਰਦੇ ਹਾਂ, ਅਤੇ ਡਾਕਟਰ ਸਾਹਿਬ ਵੀ ਤੁਹਾਨੂੰ ਅਪੀਲ ਕਰਦੇ ਨੇ ਕਿ ਕਿਰਪਾ ਕਰਕੇ ਫੋਨ ਆਪਾਂ ਨਾ ਕਰਿਆ ਕਰੀਏ। ਜੇ ਬਿਮਾਰੀ ਬਾਰੇ ਤੁਸੀਂ ਪੁੱਛਣਾ ਤਾਂ ਰਜਿੰਦਰਾ ਹਸਪਤਾਲ ਪਟਿਆਲਾ, ਜਿੱਥੇ ਡਾਕਟਰ ਹਰਸ਼ਿੰਦਰ ਕੌਰ ਆਪਣੀਆਂ ਸੇਵਾਵਾਂ ਦਿੰਦੇ ਨੇ, ਉੱਥੇ ਤੁਸੀਂ ਬੁੱਧਵਾਰ ਜਾਂ ਸ਼ਨੀਵਾਰ ਜਾ ਕੇ ਮਿਲ ਸਕਦੇ ਹੋ। ਸੋ ਆਪਾਂ ਬਿਮਾਰੀ ਲਈ ਫੋਨ 'ਤੇ ਕਦੇ ਵੀ ਨਾ ਪੁੱਛੀਏ ਵੀ ਇਸ ਬਿਮਾਰੀ ਦਾ ਇਲਾਜ ਕੀ ਹੈ। ਸੋ ਹੁਣ ਇਸ ਅਪੀਲ ਤੋਂ ਬਾਅਦ ਡਾਕਟਰ ਸਾਹਿਬ ਦਾ ਮੈਂ ਸਵਾਗਤ ਕਰਾਂਗੀ, ਡਾਕਟਰ ਹਰਸ਼ਿੰਦਰ ਸਾਹਿਬ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਹੈ ਤੁਹਾਡਾ? ਜੀ ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਬਹੁਤ ਬਹੁਤ ਨਿੱਘੀ ਫਤਿਹ।
ਜੀ, ਤੁਹਾਨੂੰ ਵੀ ਫਤਿਹ। ਤੇ ਇੱਕ ਹੁਣੇ ਮੈਨੂੰ ਪਤਾ ਲੱਗਿਆ ਸੀ ਥੋੜਾ ਟਾਈਮ ਪਹਿਲਾਂ ਕਿ ਅੱਜ ਆਪਾਂ ਸੇਬ ਤੇ ਗੱਲ ਕਰਨੀ ਹੈ। ਸੇਬ ਇੱਕ ਇਹੋ ਜਿਹਾ ਫਰੂਟ ਹੈਗਾ ਆ ਜਿਹਦੇ ਮਤਲਬ ਆਪਾਂ ਫਾਇਦੇ ਹੀ ਫਾਇਦੇ ਸੁਣਦੇ ਆ। ਕਹਿੰਦੇ ਨੇ ਐਪਲ ਇਨ ਏ ਡੇ ਕੀਪਸ ਦਾ ਡਾਕਟਰ ਅਵੇ, ਹਨਾ। ਕਿ ਮਤਲਬ ਇੱਕ ਸਿੱਧੀ ਜੀ ਇਹਦੀ ਆਪਾਂ ਡੈਫੀਨੇਸ਼ਨ ਦੇ ਦਈਏ ਤਾਂ ਇਹੀ ਹੁੰਦਾ, ਐਨ ਐਪਲ ਅ ਡੇ ਕੀਪਸ ਦਾ ਡਾਕਟਰ ਅਵੇ। ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਮੈਂ ਇਹ ਵੀ ਸੁਣਿਆ ਹੋਇਆ ਕਿ ਜੇ ਸਵੇਰੇ ਸਵੇਰੇ ਤੁਸੀਂ ਸੇਬ ਖਾਓ ਤਾਂ ਉਹ ਸੋਨਾ ਖਾਣ ਦੇ ਬਰਾਬਰ ਹੈ ਬਾਕੀ ਫਰੂਟਾਂ ਦੇ ਮੁਕਾਬਲੇ, ਹਨਾ। ਤੇ ਸੋ ਡਾਕਟਰ ਸਾਹਿਬ, ਆਪਾਂ ਸ਼ੁਰੂ ਕਰੀਏ ਵੀ ਸੇਬ ਦੇ ਕਿੰਨੇ ਕੁ ਫਾਇਦੇ ਨੇ, ਕਿੰਨਾ ਕੁ ਕਿੰਨੇ ਕੁ ਇਹਦੇ ਚ ਨਿਊਟ੍ਰੀਸ਼ਨ ਹੁੰਦੇ ਨੇ, ਇਹ ਆਪਾਂ ਅੱਜ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੀਏ। ਮੈਨੂੰ ਪਤਾ ਤੁਹਾਡਾ ਦਿਨ ਬੜਾ ਹੈਕਟਿਕ ਰਹਿੰਦਾ ਹੈ, ਮੈਨੂੰ ਪਤਾ ਲੱਗਿਆ ਵੀ ਤੁਹਾਡੀ ਡਿਊਟੀ ਹੈ, MBBS ਦੇ ਪੇਪਰ ਚੱਲ ਰਹੇ ਨੇ, ਸਾਰਾ ਦਿਨ ਤੁਹਾਡਾ ਹੈਕਟਿਕ ਰਹਿੰਦਾ ਹੈ, ਪਰ ਫਿਰ ਵੀ ਅਸੀਂ ਤੁਹਾਡਾ ਜਿਹੜਾ ਥੋੜਾ ਜਿਹਾ ਟਾਈਮ ਲੈਣ ਦੀ ਗੁਸਤਾਖੀ ਜ਼ਰੂਰ ਕਰਾਂਗੇ। ਨਹੀਂ ਜ਼ਰੂਰ ਜੀ, ਚਲੋ ਜਿੰਨਾ ਕੁ ਆਪਾਂ ਕਿਸੇ ਦਾ ਫਾਇਦਾ ਕਰ ਸਕੀਏ। ਪਰ ਮੈਂ ਫਿਰ ਜੋ ਤੁਸੀਂ ਵੀ ਬੇਨਤੀ ਕੀਤੀ ਸੀ ਉਸ ਤੋਂ ਪਹਿਲਾਂ ਕਿ ਆਪਾਂ ਸੇਬ ਬਾਰੇ ਅੱਗੋਂ ਗੱਲ ਕਰੀਏ, ਮੈਂ ਫਿਰ ਬੇਨਤੀ ਇਹੀ ਕਰਨਾ ਚਾਹਾਂਗੀ ਕਿ ਕਿਮਾ ਕਰਿਓ, ਤੁਸੀਂ ਫੋਨ ਕਰੋਗੇ ਵੀ ਤੇ ਮੈਂ ਸ਼ਾਇਦ ਅਟੈਂਡ ਨਾ ਕਰ ਸਕਾਂ, ਤੁਹਾਨੂੰ ਮਾੜਾ ਲੱਗੇ ਜੀ ਸਭ ਕੇ, ਪਰ ਕਈ ਵਾਰ ਮਜਬੂਰੀ ਹੈ ਕਿ ਮਜਬੂਰੀਆਂ ਮੈਂ ਜੇ ਸਿਰਫ ਫੋਨ ਹੀ ਕਰੀ ਜਾਵਾਂਗੀ ਨਾ ਤਾਂ ਮੈਂ ਕਦੇ ਕੋਈ ਮਰੀਜ਼ ਦੇਖ ਸਕਾਂਗੀ ਨਾ ਮੈਂ ਆਪਣੀ ਡਿਊਟੀ ਕਰ ਸਕਾਂਗੀ। ਸੰਭਵ ਨਹੀਂ ਹੈ ਫੋਨਾਂ ਤੇ ਕੋਈ ਬਿਮਾਰੀ ਦੱਸਣੀ, ਕਿਉਂਕਿ ਬਿਨਾਂ ਦੇਖੇ ਇਹ ਵੀ ਨਹੀਂ ਕਿ ਇੱਕ ਸੇਬ ਖਾਓਗੇ ਤੇ ਹਰ ਸਰੀਰ ਤੇ ਓਨਾ ਹੀ ਅਸਰ ਕਰੇਗਾ, ਕਿੰਨੀ ਤੁਹਾਡੀ ਬਿਮਾਰੀ ਹੈ ਉਹ ਚੈੱਕਅਪ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਜੇ ਕਿ ਇਹਨਾਂ ਨੂੰ ਕਿਹੜੀ ਦਵਾਈ ਦੀ ਲੋੜ ਹੈ ਤੇ ਕਿੰਨੀ ਮਾਤਰਾ ਵਿੱਚ ਕੋਈ ਚੀਜ਼ ਅਸਰ ਕਰ ਸਕਦੀ ਹੈ। ਕਿਉਂਕਿ ਜਿੰਨੀਆਂ ਵੀ ਹੁਣ ਤੱਕ ਆਪਾਂ ਬਿਮਾਰੀਆਂ ਦੇ ਬਾਰੇ ਗੱਲ ਕਰਦੇ ਹਾਂ ਖੁਰਾਕ ਦੇ ਨਾਲ, 90% ਨੇ ਕਿ ਤੁਸੀਂ ਪਰਹੇਜ਼ ਬਿਮਾਰੀ ਤੋਂ ਕਿਵੇਂ ਬਚ ਸਕਦੇ ਹੋ, ਯਾਨੀ ਉਸ ਤਰੀਕੇ ਵਰਤਿਆ ਜਾਵੇ। ਸੋ ਮਤਲਬ ਹੈ ਕਿ ਤੁਸੀਂ ਤੰਦਰੁਸਤ ਕਿਵੇਂ ਰਹਿਣਾ ਇਹ ਚੀਜ਼ਾਂ ਵਰਤ ਕੇ। ਜੀ ਦੂਜੀ ਚੀਜ਼ ਤੇ ਬਾਕੀ 10% ਹੁੰਦਾ ਜੇ ਕਿ ਤੁਹਾਨੂੰ ਕੋਈ ਬਿਮਾਰੀ ਹੋ ਚੁੱਕੀ ਹੈ ਤਾਂ ਉਹਦੇ ਵਿੱਚ ਵੀ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਦੇਰ ਸਿਹਤਮੰਦ ਰਹਿ ਸਕੋ ਉਸ ਤਰੀਕੇ ਉਹਨੂੰ ਵਰਤਣਾ, ਕਿਵੇਂ ਖਾਣਾ, ਕਿੰਨੀ ਮਾਤਰਾ ਵਿੱਚ ਖਾਣਾ, ਸਿਰਫ ਇਸੇ ਬਾਰੇ ਹੀ ਜੋ ਖੋਜਾਂ ਹੋਈਆਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ। ਜੀ ਜੀ ਜਾਦੂ ਟੋਣਾ ਵਰਗੀ ਚੀਜ਼ ਉੱਕਾ ਹੀ ਕੋਈ ਅਜਿਹੀ ਨਹੀਂ ਹੁੰਦੀ ਖਾਣ ਪੀਣ ਦੇ ਵਿੱਚ, ਲੰਮੇ ਸਮੇਂ ਤੱਕ ਵਰਤੋਂ ਬਾਅਦ ਹੀ ਤੁਹਾਨੂੰ ਉਹਦੇ ਵਧੀਆ ਅਸਰ ਦੇ ਸਕਦੇ ਨੇ। ਜਿੱਥੇ ਤੱਕ ਗੱਲ ਸੇਬ ਦੀ, ਤੁਸੀਂ ਸਹੀ ਕਿਹਾ ਕਿ 1866 ਵਿੱਚ ਕਿਹਾ ਗਿਆ ਸੀ ਪਹਿਲੀ ਵਾਰ ਐਪਲ ਏ ਡੇ ਕੀਪਸ ਦੀ ਡਾਕਟਰ ਅਵੇ, ਤੇ ਇੱਕ ਡਾਕਟਰ ਹੀ ਸੇਬ ਬਾਰੇ ਦੱਸੇ ਦਾ ਮਤਲਬ ਹੈ ਉਹ ਆਪਣਾ ਧਿਆਨ ਕਰਨ ਹੀ ਲੱਗਿਆ, ਹੋਰ ਵੀ ਸਾਥੀਆਂ ਬਹੁਤ ਦਾ ਧਿਆਨ ਕਰ ਦੇਵੇਗਾ। ਜੀ ਇਹਦੇ ਇੰਨੇ ਗੁਣਕਾਰੀ ਤੱਤ ਨੇ, ਬਹੁਤ ਸਾਰੇ ਰੋਗਾਂ ਤੋਂ ਮੁਕਤੀ ਵੀ ਦਵਾਉਂਦੇ ਨੇ, ਇਸੇ ਲਈ ਫਲਾਂ ਵਿੱਚ ਇਹਨੂੰ ਬਹੁਤ ਉੱਚਾ ਰੁਤਬਾ ਦਿੱਤਾ ਗਿਆ। ਸਮਝ ਹੀ ਸਕਦੇ ਹਾਂ ਵੀ ਡਾਕਟਰ ਤੋਂ ਬਚਣਾ ਜੇ ਤਾਂ ਇਹ ਲਓ। ਲਓ ਇੱਕ ਬਿਲਕੁਲ ਇੰਟਰਸਟਿੰਗ ਸਟੱਡੀ ਦੱਸਦੀ ਹਾਂ ਕਿ ਕਹਾਵਤ ਜੋ ਬਹੁਤ ਪੁਰਾਣੇ ਸਮਿਆਂ ਦੀ ਗ੍ਰੀਸ ਵਿੱਚ ਕਿਹਾ ਜਾਂਦਾ ਸੀ ਜੀ, ਕਿ ਜੇ ਕੋਈ, ਕਿਉਂਕਿ ਉਦੋਂ ਇਹ ਨਹੀਂ ਸੀ ਗੱਲ ਕਿ ਸਿੱਧੀ ਤੌਰ ਤੇ ਤੁਹਾਨੂੰ ਕੋਈ ਪਸੰਦ ਹੈ ਔਰਤ ਤੇ ਤੁਸੀਂ ਵਿਆਹ ਕਰਵਾਉਣ ਲਈ ਸਿੱਧੀ ਤੌਰ ਤੇ ਉਦੋਂ ਇਜਾਜ਼ਤ ਨਹੀਂ ਸੀ ਕਹਿਣ ਦੀ। ਜੀ ਸੋ ਇੱਕ ਢੰਗ ਉਹਨਾਂ ਸਮਿਆਂ ਸੀ ਕਿ ਕਿਸੇ ਵੀ ਬੰਦੇ ਵੱਲੋਂ ਕਿਸੇ ਔਰਤ ਵੱਲ ਜਦੋਂ ਸੇਬ ਉਛਾਲ ਕੇ ਉਹਦੇ ਵੱਲ ਸੁੱਟਿਆ ਜਾਂਦਾ ਸੀ ਤਾਂ ਉਹ ਜੇ ਔਰਤ ਦੀ ਹਾਂ ਹੋਵੇ ਤਾਂ ਉਹ ਸੇਬ ਨੂੰ ਕੈਚ ਕਰ ਲੈਂਦੀ ਸੀ, ਉਹਦਾ ਮਤਲਬ ਅੱਛਾ ਸੀ ਕਿ ਹਾਮੀ ਹੈ ਵਿਆਹ ਕਰਾ ਸਕਦੇ ਹੋ, ਤੇ ਜੇ ਪਿੱਠ ਮੋੜ ਲੈਂਦੀ ਸੀ ਨਹੀਂ ਸੀ ਫੜਦੀ ਦਾ ਮਤਲਬ ਹੈ ਕਿ ਨਾ, ਤੇ ਇਹ ਕੋਸ਼ਿਸ਼ ਹੀ ਨਹੀਂ ਸੀ ਕਰਦੀ ਦਾ ਮਤਲਬ ਸੀ ਕੋਰੀ ਨਾ ਹੈ, ਤੇ ਜੀ ਉਹਦਾ ਮਤਲਬ ਆਰਾਮ ਨਾਲ ਅਗਲਾ ਪਾਸੇ ਹੋ ਜਾਂਦਾ ਸੀ। ਅੱਜ ਵਾਂਗ ਨਹੀਂ ਕਿ ਤੇਜ਼ਾਬ ਸੁੱਟ ਦੇਵਾਂਗੇ ਜਾਂ ਜਬਰੀ ਦਬੋਚ ਲਵਾਂਗੇ, ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ। ਜੀ ਮੈਨੂੰ ਕਦੇ ਵੈਸੇ ਉਦਾਂ ਖਿਆਲ ਆਵੇ ਤਾਂ ਮੈਨੂੰ ਆਪ ਨੂੰ ਸਮਝ ਨਹੀਂ ਆਉਂਦੀ ਕਿ ਕਦੇ ਤਾਂ ਕੋਈ ਇਹੋ ਜਿਹੀ ਔਰਤ ਹੋਏਗੀ ਜਿਹਨੂੰ ਕੈਚ ਨਾ ਕਰਨਾ ਆਉਂਦਾ ਹੋਏ, ਉਹ ਵਿਚਾਰੀ ਉਹੀ ਮੈਂ ਸੋਚ ਰਹੀ ਸੀ ਵੀ ਬੀਬੀਆਂ ਸਾਰੀਆਂ ਮਤਲਬ ਕੈਚ ਕਰ ਲੈਂਦੀਆਂ ਹੋਣਗੀਆਂ ਜੇ ਹਾਂ ਵੀ ਹੁੰਦੀ ਹੋਊ, ਨਿਸ਼ਾਨਾ ਕਈ ਵਾਰੀ ਖੁੰਝ ਜਾਂਦਾ। ਬਿਲਕੁਲ ਉੱਥੇ ਕੀ ਹੁੰਦਾ ਹੁਣ, ਉੱਥੇ ਕੀ ਹੁੰਦਾ ਹੁਣ, ਸਹੀ ਗੱਲ ਹੈ, ਉਹ ਤਾਂ ਵਿਚਾਰੀ ਦਾ ਰਹਿ ਜਾਂਦਾ ਹੋਣਾ ਫਿਰ। ਬਿਲਕੁਲ ਕੁਝ ਬੜੇ ਮਜ਼ੇਦਾਰ ਤੱਤ ਦੱਸਦੀ ਹਾਂ ਮੈਂ ਇਹਦੇ ਤੱਤ ਜੋ ਸੇਬ ਬਾਰੇ, ਕਿ ਪਹਿਲੀ ਚੀਜ਼ ਤਾਂ ਇਹਦੀਆਂ 7500 ਕਿਸਮਾਂ ਨੇ। ਜਦੋਂ ਤੱਕ ਨਹੀਂ ਸੀ ਪਤਾ, ਜਦੋਂ ਤੱਕ ਮੈਂ ਰਿਸਰਚ ਪੇਪਰ ਨਹੀਂ ਪੜਿਆ ਸੀ, ਮੈਨੂੰ ਤਾਂ
ਕਿਹੜੇ ਚੁੜੇ 10 ਕਿਸਮਾਂ ਹੀ ਪਤਾ ਸੀ, ਪਰ 700 ਕਿਸਮਾਂ ਬਾਰੇ ਮੈਨੂੰ ਵੀ ਨਹੀਂ ਸੀ ਪਤਾ। ਫਿਰ ਦੇਖੋ, ਸੇਬ ਦੇ ਦਰਖਤ ਆਪ ਵੀ 100 ਸਾਲ ਤੱਕ ਜ਼ਿੰਦਾ ਰਹਿੰਦੇ ਨੇ। ਅੱਛਾ ਜੀ, ਫਿਰ ਰੱਖ ਇੱਕ ਸੇਬ ਪੂਰਾ ਬਣਾਉਣ ਲਈ ਉਸ ਦਰਖਤ ਦੇ 50 ਪੱਤੇ ਪੂਰੀ ਮਿਹਨਤ ਕਰਦੇ ਨੇ ਤਾਂ ਇੱਕ ਸੇਬ ਪੂਰਾ ਮੁਕੰਮਲ ਤਿਆਰ ਹੁੰਦਾ। ਜੀ, ਫਿਰ ਇਹਦਾ ਸੇਬ ਦੇ ਵਿੱਚ 25% ਹਿੱਸਾ ਸਿਰਫ ਹਵਾ ਹੁੰਦੀ ਹੈ ਠੀਕ ਤੇ ਹੈ 5% ਇਸ ਚ ਪ੍ਰੋਟੀਨ ਹੈ। ਜੀ। ਯਾਨੀ ਇਹ ਇੱਕ ਤਰੀਕੇ ਦੇ ਕੰਟੈਂਟਸ ਦੇ ਵਿੱਚ ਜੋ ਨੇ ਉਹਦੀ ਮੈਂ ਅੱਗੋਂ ਦੱਸਦੀ ਹਾਂ ਕਿ ਕੁਛ ਇਹਦੇ ਅੰਦਰਲੇ ਤੱਤ ਨੇ। ਹਾਂਜੀ, ਪਰ ਅੱਜ ਤੱਕ ਦਾ ਜੋ ਸਭ ਤੋਂ ਭਾਰਾ ਸੇਬ ਦੁਨੀਆ ਦਾ ਜੋ ਜਾਣਿਆ ਜਾਂਦਾ ਨੇ ਉਹ ਹਾਂਜੀ 3 ਪੌਂਡ ਦਾ ਸੀ ਜੋ ਤੋਲਿਆ ਗਿਆ ਹੁਣ ਤੱਕ ਦਾ। ਅੱਗੋਂ ਹੋਰ ਆ ਜਾਵੇ ਤਾਂ ਰੱਬ ਜਾਣਦਾ ਕਿਵੇਂ ਦਾ, ਪਰ ਇਹ ਅਜੇ ਤੱਕ ਦੀ ਪਹਿਲੀ ਜੋ ਹੁਣ ਤੱਕ ਦਾ ਲਾਰਜੈਸਟ ਐਪਲ ਇਹਨਾਂ ਨੇ ਕਿਹਾ ਸੀ। ਜੀ ਹੁਣ ਇਹਦੇ ਵਿੱਚ ਫਾਈਬਰ ਦੇ ਲਗਭਗ 5 ਗ੍ਰਾਮ ਜੋ ਅੰਤੜੀਆਂ ਦੇ ਅਨੇਕ ਰੋਗਾਂ ਤੋਂ ਸਾਨੂੰ ਪਤਾ ਹੀ ਹੈ ਫਾਈਬਰ ਨਾਲ ਫਾਇਦਾ ਹੁੰਦਾ, ਜੇ ਖਾਸ ਕਰ ਜਿਨ੍ਹਾਂ ਨੂੰ ਡਾਇਵਰਟੀਕੁਲਾਈਟਿਸ ਹੋਵੇ, ਹੈਮਰੋਇਡ ਯਾਨੀ ਜਿਨ੍ਹਾਂ ਦੇ ਲਹੂ ਪੈਂਦਾ ਹੋਏ ਟੱਟੀ ਦੇ ਨਾਲ, ਜਾਂ ਕੁਝ ਕਿਸਮਾਂ ਦੇ ਕੈਂਸਰ ਜੋ ਘੱਟ ਫਾਈਬਰ ਖਾਣ ਨਾਲ ਹੁੰਦੇ ਨੇ, ਉਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ, ਬਚਿਆ ਜਾ ਸਕਦਾ ਹੈ ਜੇ ਰੈਗੂਲਰ ਸੇਬ ਖਾਂਦੇ ਰਹੋ। ਜੀ ਡਾਕਟਰ, ਇਹਦੇ ਵਿੱਚ ਪੈਕਟਿਨ ਕਾਫੀ ਜ਼ਿਆਦਾ ਜੇ ਜੋ ਕੋਲੇਸਟ੍ਰੋਲ ਘਟਾਉਂਦਾ ਹੈ, ਹਾਂਜੀ ਇਨਸੁਲਿਨ ਦੀ ਵੀ ਮਾਤਰਾ ਸਹੀ ਕਰਦਾ ਹੈ, ਸੋ ਇਸੇ ਲਈ ਉਹ ਕੋਲੇਸਟ੍ਰੋਲ ਨਾਲ ਆਧਾਰਿਤ ਬਿਮਾਰੀਆਂ ਜਿੰਨੀਆਂ ਵੀ ਸੀ ਉਹਨਾਂ ਤੋਂ ਯਾਨੀ ਹਾਰਟ ਅਟੈਕਸ ਤੋਂ, ਬਲੱਡ ਪ੍ਰੈਸ਼ਰ ਤੋਂ ਘਟਣ ਜਿਹੜਾ ਬਚਾ ਦਿੰਦਾ ਸੀ, ਜਿਸ ਸਦਕਾ ਇਹਨੂੰ ਕਹਿੰਦੇ ਸੀ ਕਿ ਇਹ ਲੰਬੀ ਉਮਰ ਦੇ ਦਿੰਦਾ। ਜੀ। ਹੁਣ ਦੋ ਖੋਜਾਂ ਨੇ ਜਿਹੜੀਆਂ ਮੇਰੇ ਕੋਲ ਇਸ ਵੇਲੇ ਪਈਆਂ ਨੇ ਜਿਹੜੀਆਂ ਮੈਂ ਪੜ੍ਹ ਰਹੀ ਸਾਂ, ਉਹਦੇ ਚ ਸਪਸ਼ਟ ਕੀਤਾ ਸੀ ਕਿ ਹਰ ਹਫਤੇ ਜੇ 5 ਸੇਬ ਖਾ ਲਏ ਜਾਣ, ਇਹ ਅੱਛਾ। ਜੋ ਉਸ ਦਾ ਐਂਡ ਉਹਨਾਂ ਨੇ ਕੱਢਿਆ ਕਿ ਹਰ ਹਫਤੇ 5 ਸੇਬ ਜੇ ਖਾਧੇ ਜਾਣ ਤਾਂ ਜੀ ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼, ਖਾਸ ਕਰ ਦਮੇ ਦੇ ਰੋਗੀਆਂ ਨੂੰ ਦਵਾਈਆਂ ਜਿਹੜੀਆਂ ਉਹ ਲੈ ਰਹੇ ਸਨ ਉਹਨਾਂ ਵਿੱਚੋਂ 1/4 ਮਰੀਜ਼ ਹੀ ਸਿਰਫ ਦਵਾਈਆਂ ਲੈਂਦੇ ਰਹੇ, ਬਾਕੀ 3/4 ਮਰੀਜ਼ਾਂ ਨੂੰ ਇੰਨਾ ਫਾਇਦਾ ਹੋਇਆ ਕਿ ਉਹ ਰੈਗੂਲਰ ਜਿਹੜੇ ਲੈ ਵੀ ਰਹੇ ਸਨ ਇਨਹੇਲਰ, ਉਹਦੇ ਤੋਂ ਉਹਨਾਂ ਨੂੰ ਹੌਲੀ ਹੌਲੀ ਲੋੜ ਘੱਟ ਮਹਿਸੂਸ ਹੋਈ। ਜੀ। ਸੋ ਹੁਣ ਜੇ ਅਸੀਂ ਦੇਖੀਏ ਕਿ ਕਿਸੇ ਨੂੰ ਪਿਆਸ ਬੁਝਾਉਣੀ ਹੋਵੇ, ਕਿਸੇ ਨੇ ਜਿੰਨਾ ਕਿ ਇਸ 'ਚ ਰਸ ਹੁੰਦਾ ਜੇ, ਤਾਂ ਸਰੀਰ ਅੰਦਰਲੇ ਜਿੰਨੇ ਸਾਡੇ ਐਂਜ਼ਾਈਮਸ ਨੇ ਉਹਨਾਂ ਨੂੰ ਰਵਾਂ ਕਰਨ ਲਈ ਚੀਨੀ ਇਲਾਜ ਜੋ ਇਸ ਵੇਲੇ ਵਰਤਿਆ ਜਾ ਰਿਹਾ ਏ, ਉਹ ਸੇਬ ਤੋਂ ਹੀ ਬਣੀ ਦਵਾਈ ਰਾਹੀਂ ਵਰਤਿਆ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਪਿਆਸ ਵੀ ਲੱਗੀ ਹੈ, ਕਮਜ਼ੋਰੀ ਵੀ ਮਹਿਸੂਸ ਹੋ ਰਹੀ ਹੈ, ਜੀ ਸਰੀਰ 'ਚ ਰਵਾਂ ਵਾਪਸ ਲਿਆਉਣੀ ਹੈ, ਤਾਂ ਉਹਨਾਂ ਨੇ ਸੇਬ ਤੋਂ ਹੀ ਬਣਾਈ ਦਵਾਈ ਨਾਲ ਕੁਦਰਤੀ ਪਿਓਰ ਐਪਲ ਤੋਂ ਹੀ, ਹੋਰ ਕੁਝ ਵੀ ਨਹੀਂ ਜੜੀ ਬੂਟੀ ਪਾਈ ਸੀ, ਜੀ। ਤਾਂ ਦੇਖਿਆ ਉਸ ਨੂੰ ਲੈਣ ਨਾਲ ਲਗਭਗ ਜੋ ਅਸਰ ਦੇਖਿਆ ਗਿਆ ਸੀ ਕਿ 18 ਕੁ ਮਿੰਟਾਂ ਦੇ ਅੰਦਰ ਐਵਰੇਜ ਜੋ, ਯਾਨੀ ਐਗਜ਼ੈਕਟ 18 ਨਹੀਂ, ਉਹਨਾਂ ਨੇ ਰੇਸ਼ੋ ਕੱਢੀ ਹੋਈ ਹੈ ਕਿ ਉਹਦੇ ਵਿੱਚ ਅੰਦਾਜ਼ਨ 18 ਕੁ ਮਿੰਟ 'ਚ ਤੁਹਾਨੂੰ ਇਹ ਅਸਰ ਵਾਪਸ ਪੂਰਾ ਦਿਸਣ ਲੱਗ ਜਾਂਦਾ। ਜੀ ਡਾਕਟਰ, ਗੁਰਦਿਆਂ ਦੀ ਪੱਥਰੀ ਲਈ ਜੋ ਅੱਜ ਕੱਲ ਦਵਾਈ ਵਿੱਚ ਕਈ ਵਾਰ ਵਰਤੀ ਜਾ ਰਹੀ ਹੈ ਤੇ ਅਸਰਦਾਰ ਵੀ ਹੈ, ਉਹ ਹਾਂਜੀ ਇਸ ਸੇਬ ਤੋਂ ਬਣਿਆ ਸਾਈਡਰ ਵਿਨੇਗਰ ਜੋ ਅਵੇਲੇਬਲ ਵੀ ਹੈਗਾ ਉਹ ਕਾਫੀ ਅਸਰਦਾਰ ਸਾਬਤ ਹੋਇਆ ਜੇ। ਜੀ। ਹੁਣ 3 ਹੋਰ ਵੱਖੋ ਵੱਖਰੀਆਂ ਖੋਜਾਂ ਵਿੱਚ ਜਿਸ 'ਚ ਸੇਬ ਦਾ ਅਸਰ ਦਿਖਿਆ, ਉਹ ਵੀ ਹਫਤੇ ਵਿੱਚ 5 ਵਾਰ ਉਸੇ ਤਰ੍ਹਾਂ ਖਾਣ ਨਾਲ, ਤਾਂ ਚਮੜੀ ਦੇ ਰੋਗਾਂ ਉੱਤੇ ਵੀ ਇਹਦਾ ਅਸਰ ਵਧਿਆ, ਬੜਾ ਵਧੀਆ ਦਿਸਿਆ ਕਿ ਜੀ ਜਿਨ੍ਹਾਂ ਜੀ ਦੇ ਕਰੋਨਿਕ ਸਕਿਨ ਏਲਮੈਂਟ ਸਨ ਜਿਹੜੀਆਂ ਨਹੀਂ ਸੀ ਠੀਕ ਹੋ ਰਹੀਆਂ, ਚਮੜੀ ਦੇ ਕੋਈ ਲੰਮੇ ਸਮੇਂ ਦੇ ਚੱਲ ਰਹੇ ਰੋਗ, ਜੀ ਉਹਨਾਂ ਵਿੱਚ ਵੀ ਨਾਲੋ ਨਾਲ ਦਵਾਈਆਂ ਚੱਲਦਿਆਂ ਤੇ ਇੱਕ ਗਰੁੱਪ ਨੂੰ ਸੇਬ ਰੈਗੂਲਰ ਨਾਲ ਦਿੱਤਾ ਗਿਆ, ਦੂਜੇ ਨੂੰ ਨਹੀਂ ਸੀ ਦਿੱਤਾ ਗਿਆ। ਜੀ ਦੇਖਣ ਵਿੱਚ ਆਇਆ ਕਿ ਜਿਨ੍ਹਾਂ ਨੂੰ ਸੇਬ ਨਾਲ ਦਿੱਤਾ ਗਿਆ ਸੀ ਉਹਨਾਂ ਦੇ ਚਮੜੀ ਦੇ ਰੋਗਾਂ ਤੇ ਵਧੀਆ ਅਸਰ ਦਿਖਿਆ, ਛੇਤੀ ਠੀਕ ਹੋਏ। ਠੀਕ ਹੈ। ਇੰਜੀ ਬ੍ਰਾਜ਼ੀਲ ਵਿੱਚ ਇੱਕ ਖੋਜ ਹੋਈ ਸੀ ਜਿਸ ਵਿੱਚ ਮੋਟਾਪੇ ਦੀਆਂ ਸ਼ਿਕਾਰ ਔਰਤਾਂ ਨੂੰ ਸੇਬ ਖਾਣ ਲਈ ਦਿੱਤਾ ਗਿਆ, ਉਹ ਵੀ ਰੋਟੀ ਖਾਣ ਤੋਂ
10 मिनट पहला। जी इन सारिया वो मोटापे दिया शिकार जो औरतां सन रोटी खाण तो 10 मिनट पहला सेब खाण लई दिता गया तां इन्हां दा दूजियां औरतां जिन्हां नूं सिर्फ दवाइयां दित्तियां जा रही सन भार घटाण लई उन्हां तों 33% होर छेत गया। जी यानी दवाइयां नालों सेब खाण नालों दा ढिड जो भर जांदा रिहा वो घट खाना खाता ते एक तां टोटल भी मिल गई ते भार भी यानी 33% जो कि बहुत वड्डा सी अमाउंट गिण दिया उन्हां नालों छेती भार घटिया। जी जी बिल्कुल, मतलब कहा जाता है कि सेब एक भारी फ्रूट है, ढिड भर देता है, फील भी जी करते हैं बिल्कुल। आप। हुण एक औसतन नाप दा जे असीं सेब लईए जो लगभग तुहाडी मुट्ठी दे विच ऑलमोस्ट आ ही जांदा होवे माड़ा मोटा बाहर पूरा बंद होने तो रहिंदा होवे उहदे च थिंदा या सोडियम नहीं हुंदा ते 50 तो 80 कैलरियां सिर्फ हुंदियां ने जो कि बड़ियां बहुत घट ने पर जी इहदे विच वाइटामिन ए सी फ्लेवोनॉइड फॉस्फोरस लोह कण कैल्शियम ये भरे पए ने। फिर जी पोटाशियम काफी ज्यादा है जो दिल लई काफी लाहेवंद साबित हो चुका है पर इहदे हुण असर देखण लई कुछ बहुत इंपॉर्टेंट चीजां दसदे आ। जे सेब दा पूरा फायदा लेना जे तां छिल्लड़ कदे भी नहीं लाने बड़ी जी स्पष्ट गल है। जदों तुसी मैं एक नहीं दो नहीं अनेक देखो मेरे कोल वार्ड है पूरा मरीज दाखल ने मेरे कोल तां जी मैं जिन्नियां भी मामा नूं देखदियां बच्चियां नूं खवांदियां ने पहलां छिल्लड़ ला के सुट दिंदियां ने फिर खवांदियां ने पर डॉक्टर यानी साहब जो वही ना, असल जिहड़ा जिहड़ा मतलब अफवाहां फैलियां ने जां फिर सच्ची गल है कि हाँ सेब दे उत्ते केमिकल लगे हुंदे ने उहदे छिलके ते, इस करके लाउणा जरूरी है, बड़ा तुहानूं भी पता होणा इस बारे, उदों तो लोक शायद लाउण लगे ने। जी पर गल ये है कि हुण इहदे वास्ते मैं हुण की आखा कि जो जहर ला के दे रहे ने उन्हां नूं कहां की करिए कि असीं कुदरत नाल जो खिलवाड़ करदे आ। तुसीं वेख लो जिस मात्रा च कैंसर लगभग हर घर या उहदे आले दुआले किसे ना किसे नूं या रिश्तेदारी विच इस वेले जो अंकड़े बोलदे ने वो ये ने कि 100% तुसीं हिसाब लाओ 100% ने जिन्हां दे घर विच किसे ना किसे नूं रिश्तेदारी विच या आंढ गुआंढ विच किसे ना किसे नूं या उस गली विच किसे नूं कैंसर ना होवे ये जी हाल आया पिया हर एक दे नेड़े तेड़े या टब्बर विच या रिश्तेदारी विच एक ना एक जरूर बंदा इहदे नाल अड़ गया ते कारण ये कि असीं स्प्रेयां नाल या उस गंध नाल अपने आप नूं छेती कूच करन वल नूं तोर रहे हां। पता नहीं क्यों पर वेखो 90% तत् खासकर वाइटमिन सी ते ए सिर्फ ही छिलके च ने वो जी यानी असी सुट पाता असी तो थल्ले थोक खा रहे हैं अपनी वो तसल्ली खा रहे नो। हैं बिल्कुल। कीटनाशक स्प्रे दी जे हुण तुसी गल कीती जे मैं दस दें सब तो वध सेबा च इस वेले भरे पए ने जिस च इन्ना के जेड़े पहले समय तो भी जेड़े कर रहे सन जदों डीडीटी इहदे मिलदी सी हुण तां खैर बैन हो चुकी उदों इह भरे पए हुंदे सन उदों भी डीडीटी नाल जी फिर बिल्कुल परमेथ्रिन ये सारी सत्यानाश कर देंदे ने ये छिल्लड़ दे विच पूरे भरे हुंदे ने तूसो तूस थल्ले निकल के बाहरली छिल्लड़ दे हेठा भी अंदर तक पेनीट्रेट कर जांदे ने यानी बिल्कुल इन्ने सख्त हानिकारक ने ते कैंसर करदे ने। तो जी इहनूं ता के भी भुल जाओ कि तुसीं बच जाओगे दे अंदर तक वड़े पए हुंदे बड़े जे पे हैं लभ्या जाए बिल्कुल, यानी कि हुण दोवें चीजां सच ने कि इहदे छिलके दे विच फायदा सब तो वध हुंदा है, ते दूसरा भी कौड़ा सच है कि सानूं जहर दित्ता जा रहा है। देखो इहदे उत्ते जो पॉलिश या वैक्स लाई जा रही है वो शरीर हजम नहीं कर सकता वो भी कैंसर करता जी। सो इहदे विच इत्थों तक कि कई थाई सेब दे बीजां तक भी वो जहर पहुंचया लभ्या जे हुण मैनूं दस दिओ भी सेब नूं फिर असीं खाइए तां किवें खाइए जे जहर बिल्कुल नाल लबा लब कर छड्डे ने छिल्लड़ ला के जो सानूं गलत फहमी है कि असीं बच जावांगे किसे ही हाल च नहीं उहदा मतलब है संपूर्ण बाइकाट कीती जाए कि सुट दो जिथे सुटने ने सेबां दी सारी फसल ते जदों बिल्कुल इस तरह की गल होएगी फिर ही शायद अकल आवे कि सानू भावे शुद्ध घट दे मिलेगा पर जहर ला के ना दईए तां ना। फिर ही इंसान हजम कर सकदा है वरना छिल्लड़ ला के भी जो खा रहे हैं असी जहर ही खा रहे हैं। जहर ही खा रहे हैं जे बिल्कुल
ਸੇਬ ਦੇ ਬੀਜ ਜ਼ਿਆਦਾ ਮਾਤਰਾ ਵਿੱਚ ਲੈ ਲਏ ਜਾਣ ਤਾਂ ਕਾਫੀ ਜ਼ਬਰਦਸਤ ਨੁਕਸਾਨ ਕਰ ਦਿੰਦੇ ਨੇ। जी ਖਾਸ ਕਰ ਗਰਭਵਤੀ ਮਾਵਾਂ ਜਾਂ ਦੁੱਧ ਪਿਆਉਂਦੀਆਂ ਮਾਵਾਂ ਨੂੰ ਬਿਲਕੁਲ ਵੀ ਇਹ ਬੀਜ ਨਹੀਂ ਖਾਣੇ ਚਾਹੀਦੇ, ਇਹ ਜ਼ਹਿਰੀਲੇ ਹੋ ਸਕਦੇ ਨੇ। जी ਸੋ ਸਿਰਫ ਜੇ ਆਪਾਂ ਕਹੀਏ ਆਰਗੈਨਿਕ ਜਾਂ ਜੈਵਿਕ ਖਾਦ ਨਾਲ ਜੋ ਉਗਾਏ ਸੇਬ ਉਹ ਤਾਂ ਮਤਲਬ ਲਏ ਜਾ ਸਕਦੇ ਨੇ, ਵਰਨਾ ਜੇ ਹੁਣ ਮੈਂ ਤੁਹਾਨੂੰ ਫੈਕਟਸ ਦੱਸਣ ਲੱਗੀ ਹਾਂ ਜੋ ਕਿ ਲੱਭੇ ਜਾ ਚੁੱਕੇ ਨੇ ਕਿ ਜਿਹੜੇ ਸੇਬ ਦੇ ਰਸ ਜੋ ਕਿ ਖਾਸ ਕਰ ਐਪਲ ਜੂਸ ਕੰਸਨਟ੍ਰੇਟ ਜਾਂ ਇਦਾਂ ਦੇ ਤੁਹਾਨੂੰ ਬੋਤਲਾਂ ਚ ਪੈਕਡ ਰਸ ਵੀ ਮਿਲ ਰਹੇ ਨੇ, जी ਉਹਨਾਂ ਵਿੱਚ ਵੀ ਆਰਸੈਨਿਕ ਜ਼ਹਿਰ ਦਾ ਅੰਸ਼ ਲੱਭਿਆ ਜਾ ਚੁੱਕਾ ਹੈ ਜੋ ਇਹ ਸਪਰੇਅ ਜਾਂ ਕੀਟਨਾਸ਼ਕ ਪਾ ਕੇ ਜਿਨ੍ਹਾਂ ਤੋਂ ਉਹ ਬਣਾਏ ਜਾਂਦੇ ਨੇ ਉਹਦੇ ਵਿੱਚ ਵੀ ਉਹ ਜ਼ਹਿਰ ਲੱਭ ਚੁੱਕਾ ਹੈ ਜੋ ਕਿ ਤੁਹਾਨੂੰ ਹਰ ਹਾਲ ਵਿੱਚ ਗੁਰਦੇ ਉਡਾਊਗਾ, ਤੁਹਾਡੇ जी ਹੱਥ ਪੈਰ ਕੰਬਣੇ ਲਾ ਸਕਦਾ, ਤੁਹਾਨੂੰ ਮਾਰ ਸਕਦਾ, ਜ਼ਹਿਰੀਲਾ ਐਸਾ ਜੇ ਕਿ ਕੈਂਸਰ ਹੋ ਜਾਣਾ ਹੈ। ਤੋ जी ਸਿਰਫ ਸੇਬ ਉਹਦੀ ਛਿੱਲੜ ਜਾਂ ਬੀਜ ਹੀ ਨਹੀਂ, ਤੁਹਾਨੂੰ ਐਪਲ ਜੂਸ ਕੰਸਨਟ੍ਰੇਟ ਵੀ ਜਿਹੜੇ ਮਿਲ ਰਹੇ ਨੇ ਉਹਨਾਂ ਵਿੱਚ ਵੀ ਇਸੇ ਸਪਰੇਅ ਦੇ ਜ਼ਹਿਰ ਦੇ ਹਿੱਸੇ ਮਿਲ ਚੁੱਕੇ ਨੇ। ਮਿਲ ਚੁੱਕੇ ਨੇ। ਜੀ ਦੇਖੋ ਅਗਰ ਕੁਦਰਤ ਨੇ ਦੇਖੋ ਕੀ ਕਮਾਲ ਇਸ ਚ ਭਰਿਆ ਸੀ ਕਿ ਇਹਦੇ ਚ ਕੁਇਰਸੇਟਿਨ ਹੁੰਦਾ ਜੀ, ਇੱਕ ਐਂਟੀਆਕਸੀਡੈਂਟ ਜੋ ਦਿਮਾਗ ਦੇ ਸੈੱਲਾਂ ਨੂੰ ਰਵਾਂ ਕਰਦਾ ਜੀ। ਜੀ ਹੁਣ ਇਹ ਚੂਹਿਆਂ ਵਿੱਚ ਕੀਤੀ ਖੋਜ ਨੇ ਸਾਬਤ ਕੀਤਾ ਸੀ ਕਿ ਐਲਜ਼ੀਮਰ ਵਾਲੀ ਜਿਹੜੀ ਬਿਮਾਰੀ ਜੇ ਉਹਨੂੰ ਉਸ ਤੋਂ ਬਚਣ ਲਈ, ਯਾਨੀ ਜੋ ਸੱਤਰੇ ਬੱਤਰੇ ਚ ਅਸੀਂ ਕਹਿੰਦੇ ਹਾਂ ਕਿ ਯਾਦਾਸ਼ਤ ਚਲੀ ਗਈ, ਜੀ ਉਹ ਚੂਹਿਆਂ ਨੂੰ ਲਗਾਤਾਰ ਇਹ ਖਵਾਇਆ ਗਿਆ ਸੀ ਕਈ ਸਾਲ, ਜੀ ਵਿੱਚ ਆਇਆ ਕਿ ਉਹਨਾਂ ਦੇ ਵਿੱਚ ਖੋਜ ਦੇ ਵਿੱਚ ਇਹ ਲੱਭਿਆ ਕਿ ਉਹਨਾਂ ਸਾਰਿਆਂ ਦੀ ਯਾਦਦਾਸ਼ਤ ਕਾਇਮ ਰਹਿ ਗਈ ਸੀ। ਠੀਕ ਹੈ। ਸੋ ਇਸੇ ਤਰ੍ਹਾਂ ਜਰਮਨੀ ਵਿੱਚ ਇੱਕ ਖੋਜ ਜੋ ਛਪੀ ਜੇ ਉਹਦੇ ਵਿੱਚ ਸੀ ਕਿ ਸੇਬ ਵਿਚਲਾ ਫਾਈਬਰ ਜਿਸ ਫੈਮਿਲੀ ਵਿੱਚ ਕੋਲਨ ਕੈਂਸਰ ਹੁੰਦਾ ਹੋਏ ਅੰਤੜੀਆਂ ਦਾ, ਉਹਨਾਂ ਵਿੱਚ ਇਹਦਾ ਫਾਈਬਰ ਜੋ ਸੇਬ ਦਾ ਉਹ ਅੰਤੜੀਆਂ 'ਚ ਪਹੁੰਚ ਕੇ ਕੁਝ ਅਜਿਹੇ ਕੈਮੀਕਲ ਬਣਾ ਦਿੰਦਾ ਹੈ ਜੋ ਕੈਂਸਰ ਦੇ ਸੈੱਲਾਂ ਦੀ ਸ਼ੁਰੂਆਤ ਵੀ ਰੋਕਦੇ ਨੇ ਤੇ ਜੀ ਜੇ ਸ਼ੁਰੂ ਹੋਇਆ ਤਾਂ ਉਹਦੀ ਫੈਲਣ ਦੀ ਸਪੀਡ ਘਟਾ ਦਿੰਦੇ ਨੇ, ਬਸ਼ਰਤੇ ਕਿ ਸਪਰੇਅ ਦੇ ਨਾਲ ਨਾ ਲਬਾਲਬ ਹੋਣ। ਹੁਣ ਇਸੇ ਤਰ੍ਹਾਂ ਜਿਹੜੇ ਰਿਸਰਚ ਕੈਂਸਰ ਉੱਤੇ ਹੋਈ, ਮੈਂ ਸਿਰਫ ਉਹਦੇ ਤੇ ਹੀ ਦੱਸ ਰਹੀ ਹਾਂ ਕਿ ਇੱਕ ਇਹਦੇ ਵਿੱਚ ਹੋਰ ਐਂਟੀਆਕਸੀਡੈਂਟ ਜੇ ਪ੍ਰੋਸਾਇਆਨਿਡਿਨ ਇਹ ਟੈਸਟ ਕੀਤਾ ਜਾ ਚੁੱਕਿਆ ਕਿ ਕੈਂਸਰ ਦੇ ਸੈੱਲਾਂ ਦੇ ਮੁੱਢਲੇ ਸਮੇਂ ਦੀ ਇਨੀਸ਼ੀਅਲ ਡਿਵੀਜ਼ਨ ਨੂੰ ਰੋਕਣ ਤੇ ਮਾਰ ਦੇਣ ਦੀ ਸਮਰੱਥਾ ਵੀ ਰੱਖਦਾ। ਜੀ ਜੀ ਹੁਣ ਇੰਨੀਆਂ ਖੋਜਾਂ ਇਹਦੇ ਵਿੱਚ ਹੋ ਚੁੱਕੀਆਂ ਨੇ, ਪਰ ਅਫਸੋਸ ਉਹਨਾਂ ਨੇ ਨਾਲ ਦੀ ਨਾਲ ਹੀ ਇਹ ਕਹਿ ਦਿੱਤਾ ਕਿ ਇਹਨਾਂ ਦੀਆਂ ਹੁਣ ਜਿੰਨੀਆਂ ਪੁਰਾਣੀਆਂ ਸਟੱਡੀਜ਼ ਸਨ ਉਹ ਅੱਜ ਦੇ ਦਿਨ ਵਿਕਸਿਤ ਮੁਲਕਾਂ ਵਿੱਚ ਵੀ ਇਹ ਸਿਰਫ ਤੇ ਸਿਰਫ ਜਿਹੜੇ ਤੁਹਾਨੂੰ ਵਿਦਆਊਟ ਸਪਰੇ ਕੋਈ ਮਿਲਦਾ ਜੇ ਉਹ ਹੀ ਫਾਇਦੇਮੰਦ ਜੇ ਜਾਂ ਆਰਗੈਨਿਕ ਵਾਲਾ, ਅਦਰਵਾਈਜ਼ ਬਾਕੀ ਤਾਂ ਜਿਵੇਂ ਮੈਂ ਦੱਸ ਚੁੱਕੀ ਹਾਂ ਜੂਸਿਸ ਦੇ ਵਿੱਚ ਵੀ ਹਰ ਚੀਜ਼ 'ਚ ਜ਼ਹਿਰ ਹੀ ਜ਼ਹਿਰ ਸਾਨੂੰ ਦਿੱਤਾ ਜਾ ਰਿਹਾ। ਜੀ ਹੁਣ ਇਹਦੇ ਵਿੱਚ ਸ਼ੱਕਰ ਰੋਗ ਹੋਣ ਤੋਂ ਜੇ ਤੁਹਾਡੀ ਫੈਮਿਲੀ ਹਿਸਟਰੀ ਸਟਰੋਂਗ ਹੈ ਕਿ ਤੁਹਾਡੇ ਘਰ ਪਹਿਲਾਂ ਸ਼ੱਕਰ ਕਾਫ ਰੋਗ ਕਾਫੀਆਂ ਨੂੰ ਹੈ ਤਾਂ ਉਹ ਵੀ ਜੇ ਸੇਬ ਖਾਣੇ ਤੋਂ ਪਹਿਲਾਂ ਲੈ ਲੈਣ ਤੋਂ ਰੋਟੀ ਖਾਣ ਤੋਂ ਬਾਅਦ ਦਾ ਜਿਹੜੀ ਇੱਕਦਮ ਲੈਵਲ ਸ਼ੂਗਰ ਦੀ ਵਧਣੀ ਹੁੰਦੀ ਜੇ ਉਸ ਨੂੰ ਵਧਣ ਤੋਂ ਰੋਕਦਾ ਜੀ ਤਾਂ ਉਹਨਾਂ ਨਾਲ ਵੀ ਇਹ ਉਹਨਾਂ ਨੂੰ ਕਾਫੀ ਫਾਇਦਾ ਦੇ ਸਕਦਾ। ਜੀ ਡਾਕਟਰ ਹੁਣ ਇੱਕ ਕੁਦਰਤੀ ਬੁਰਸ਼ ਦਾ ਨਾਂ ਵੀ ਦਿੱਤਾ ਗਿਆ ਜੇ, ਕਿਉਂਕਿ ਚੱਕ ਮਾਰ ਕੇ ਖਾਣ ਨਾਲ ਆਮ ਤੌਰ ਤੇ ਅਸੀਂ ਜੀ ਦੰਦਾਂ ਨੂੰ ਵਰਤਣਾ ਹੀ ਘਟਾ ਚੁੱਕੇ ਹਾਂ ਕਿ ਸਾਨੂੰ ਸੋਫਿਸਟੀਕੇਟਡ ਤਰੀਕੇ ਨਾਲ ਚਾਕੂ ਨਾਲ ਕੱਟੇ ਚਾਹੀਦੇ ਨੇ ਤੇ ਫੋਰਕ ਨਾਲ ਫੋਰਕ ਨਾਲ ਛੋਟੇ ਖਾਈ ਛੋਟੇ ਖਾਣੇ ਆ, ਇਹ ਨਹੀਂ ਜੇ ਫਾਇਦਾ ਦੇਣੇ ਤਾਂ ਕੋਸ਼ਿਸ਼ ਕਰੋ ਕਿ ਚੱਕ ਮਾਰ ਕੇ ਖਾਓ ਤੇ ਉਹਦੇ ਨਾਲ ਦੰਦਾਂ ਦੇ ਵਿੱਚੋਂ ਕੁਦਰਤੀ ਤੌਰ ਤੇ ਸਫਾਈ ਵੀ ਹੋ ਜਾਂਦੀ ਹੈ ਤੇ ਜੀ ਚੱਬਣ ਨਾਲ ਦੀ ਜੋ ਅਸਲੀ ਕਸਰਤ, ਹਾਂ ਜੀ ਤਕੜੀ ਕਸਰਤ ਵੀ ਕਰ ਦਿੰਦੇ ਨੇ ਤੇ ਇਹਦਾ ਜਿਹੜਾ ਕੁਦਰਤੀ ਮਿੱਠਾ ਹੈ ਉਹਦੇ ਨਾਲ ਤੁਹਾਨੂੰ ਮੂੰਹ ਵਿੱਚ ਥੁੱਕ ਦੀ ਮਾਤਰਾ ਵੀ ਵੱਧਦੀ ਹੈ ਜਿਸ ਨਾਲ ਕੁਦਰਤੀ ਤਰੀਕੇ ਮੂੰਹ ਅੰਦਰਲੇ ਬੈਕਟੀਰੀਆ ਕੀਟਾਣੂ ਮਰ ਜਾਂਦੇ ਨੇ, ਸੋ ਇਹ ਬੜਾ ਮੂੰਹ ਵਾਸਤੇ ਬੜਾ ਅਸਰਦਾਰ ਇਹਦਾ ਤੇ ਵੈਸੇ ਹੈਗਾ। ਖਾਣ ਦਾ ਮਜ਼ਾ ਆਉਂਦਾ ਹੀ ਚੱਕ ਮਾਰ ਕੇ ਡਾਕਟਰ ਸਾਹਿਬ।
मजा ही नहीं बिल्कुल आता। तो बिल्कुल। फिर इस तरह जिहड़ी इक होर स्टडी हुई जिहदे विच 9700 लोग शामिल कीते गए, जी उन्हां नूं रेगुलर सेब हफ्ते च 5 दिन खवाया गया। ते फिर यह देखा गया कि इहदे विचले पोटाशियम सदका जिन्हां नूं रेगुलर खवाया गया सी उन्हां विच ब्लड प्रेशर होण दा खतरा 37% घट गया सी। जी सो इंजी वाशिंगटन विच इक होर वक्ख खोज हुई, ओहदे विच लिखिया सी हुण इह बिल्कुल वक्खरी है। उस च उन्हां ने रोज 3 सेब दित्ते ते अद्धे ग्रुप नूं 3 नाशपातियां रोज खाण लई दित्तियां गईयां। जी हुण ते इह मोटापे दे शिकार मरीजां विच ट्राई कीता सी। हॉस्पिटल एडमिशन तो बाद इह रेगुलर उन्हां दी डाइट भी कंट्रोल कीती गई। हुण इह देखिया कि इन्हां दे विचले फाइबर मोटापा घटाउण विच मदद करते ने, यानी ये विच उन्हां ने 3 सेब रोज दे रहे सन। सो अच्छा दूजे 3 नाशपातियां सन। देखण विच आया कि सेब वालियां दा विच जिन्हां ने खाधा सी उन्हां दा छेती भार घटना शुरू होया। अच्छा जी हुण ये दिल के रोगों नूं होण तों रोकना है तो सिर्फ ही सेब दे छिल्लड़ ते हुंदे ने, फ्लेवोनॉइड ते एंटीऑक्सीडेंट ओह हेठले दे विच हुंदे ही नहीं। तो जी जदों ठीक ही छिल्लड़ दित्ती दिल वास्ते तां ओहदा टोटल असर खत्म। है। हुण इस तरह ही सेब दी छिल्लड़ विच इक फिनोलिक कंपाउंड हुंदा जे जो कोलेस्ट्रॉल नूं नाड़ियां च जम्मण नहीं दिंदा। जी ते मैं अगे ही दस्सिया कि कोलेस्ट्रॉल जो जमा हो जाता है हार्ट अटैक करता है, वो इहदे विच ना फाइबर पैक्टिन ओनू भी नहीं जम्मण दिंदा, वो भी घटा दिंदा है। सो दिल वास्ते तां छिल्लड़ सेब दी जिवें आपां अगे कई बार गल कीती है कि विचला जी सेब तां सुट दिओ, वो छिल्लड़ ही खाण वाली जे असली चीज वो खा लवो। हुण मुसीबत यह है कि ऑर्गेनिक मिले तां ही खाना तुहानू पएगा, वरना घर उगा लो सेब दा इक दरख्त जे बचना जे। हाँ क्योंकि जी सरकार बिल्कुल ते सेब नूं अजकल ये भी नवा चीज शुरू हुई हुई है, मैं कईयां नूं देखिया वरतदिआं, जी पहला ही दसदिआं कि सुकाए हुए सेब खाण नाल तगड़ी एलर्जी हो सकदी है, ईवन डेथ रिपोर्ट हुई हुई है। क्योंकि ओहदे वास्ते सल्फर डाइऑक्साइड वरतिया जांदा है सेब नूं सुकाउण लई, ओहदी नमी विचों खिंचण लई ते ओहदा रंग बरकरार रखण लई। तो जिस जी नूं एलर्जी होवे ओहनूं कई बार बहुत सीरियस भी मरीज हो सकता है। तो इस करके सुकाया हुआ सेब ना ही खादा जाए तो ठीक है। जी जी हुण जिथों तक इन्हां दा साइडर जो एप्पल साइडर मिलता जे या बोतल बंद रस मिल रहे ने एप्पल जूस, हाँ जी उन्हां विच ई कोलाई कीटाणु ते क्रिप्टोस्पोरिडियम कीटाणु ये लभे जा चुके ने जो काफी सीरियस बीमारी कर सकते ने। तो जी ये चीजा नालों कुदरती सेब खाना ही बेहतर है। जी सन 2004 दी एक पुरानी स्टडी तुहानूं दसन लगी हां जो अमेरिका विच सेब ते लगभग पहली हुई स्टडी दे विच जो हुई सी, ओहदे विच 100 तरह दे फल सब्जियां दे विचले एंटीऑक्सीडेंट दी मात्रा नापी गई सी। जी उस समय रेड डिलिशियस सेब उस सारे तरह के दुनिया भर के फलां सब्जियां विचों 12वें नंबर पे रखा गया सी, यानी बीमारियां नाल लड़न की ताकत रेड डिलिशियस सेब विच बाकी सेबां नालों 24 गुना वध जे। जी देखो अजे तक सिर्फ एक खोज जो कि चल रही है उसके बारे भी जिक्र कर दें। पार्किंसन रोग विच जिन्हां नूं है दिखती गई कि डोपामीन बनाने वाले जो सेल मर जाते हैं जिस सदका बीमारी होंगी जे, तो जी ओदे विच ये अजे क्योंकि चलती पई जे, मैं दे बारे संपूर्ण नहीं दस सकती कि पूरा रिजल्ट निकलता है। हाले तक वो कह रहे ने कि एंटीऑक्सीडेंट होने सदका ये विचो अच्छा रोल निभा रहा है, पर वो किन्ना क उन्हों देर थोड़ा डिले कर सकता है क्योंकि क्योरता वर्गी चीज है ही नहीं, पर जी किन्नी ਉਹਨੂੰ ਉਮਰ ਲੰਬੀ ਦੇ ਸਕਦਾ ਹੈ ਜਾਂ ਲਮਕਾ ਸਕਦਾ ਹੈ, ਇਸ ਬਾਰੇ ਅਜੇ ਸਟੱਡੀ ਚੱਲ ਰਹੀ ਹੈ। ਠੀਕ ਹਾਲ ਹੈ ਦੀ ਘੜੀ ਤੱਕ ਉਹ ਅੱਧੀ ਸਟੱਡੀ 'ਚ ਰਿਜ਼ਲਟ ਨਿਕਲੇ ਨੇ ਉਹ ਚੰਗੇ ਹੀ ਆਏ ਨੇ। ਜੀ ਇਸੇ ਡਾਕਟਰ ਤਰ੍ਹਾਂ ਪੀਕਰੀਆਜ਼ ਦਾ ਕੈਂਸਰ ਜੋ ਅਮਰੀਕਨ ਐਸੋਸੀਏਸ਼ਨ ਐਂਡ ਕੈਂਸਰ ਰਿਸਰਚ ਦੇ ਸਾਇੰਸਦਾਨਾਂ ਨੇ ਕੀਤਾ ਸੀ ਕਿ
ਪਤਾ ਹੈ ਸਾਨੂੰ ਕਿ ਉਹ ਕੈਂਸਰ ਤਾਂ ਜਾਨਲੇਵਾ ਜੇ ਇਹ ਵੇਖਿਆ ਗਿਆ ਕਿ ਜਿਸ ਟੱਬਰ ਵਿੱਚ ਇਹ ਹੋ ਗਿਆ ਹੋਵੇ ਉਹਨਾਂ ਨੂੰ ਇਹ ਕਿਉਂਕਿ ਫਲੇਵੋਨੋਲ ਬਹੁਤ ਨੇ ਇਹਦੇ ਸੇਬ ਸੋ ਕੈਂਸਰ ਜੋ ਕੈਂਸਰ ਜੋ ਪੈਨਕ੍ਰੀਆਸ ਦਾ ਜਿਸ ਟੱਬਰ 'ਚ ਹੋਇਆ ਹੋਵੇ ਉਹਦੇ 'ਚ ਜੇ ਰੈਗੂਲਰ ਵਰਤਦੇ ਹੋਣ ਤਾਂ ਜੀ ਉਹਦਾ 30% ਉਹਦਾ ਰਿਸਕ ਘੱਟ ਜਾਂਦਾ ਜੇ ਕੈਂਸਰ ਹੋਣ ਦਾ ਜੀ ਹੁਣ ਜੋ ਕਾਰਨਲ ਯੂਨੀਵਰਸਿਟੀ ਵਿੱਚ ਜੋ ਖੋਜ ਹੁਣੇ ਜੇ ਮੁੱਕੀ ਹੈ ਹਾਂਜੀ ਉਹਦੇ ਵਿੱਚ ਕਲੀਅਰ ਕੀਤਾ ਗਿਆ ਹੈ ਕਿ ਇੰਨੇ ਵੀ ਫਲ ਤੁਸੀਂ ਵੇਖਦੇ ਹੋ ਉਹਨਾਂ ਸਾਰਿਆਂ 'ਚੋਂ ਸਿਰਫ ਇੱਕ ਸੇਬ ਦੀ ਛਿੱਲੜ ਜੇ ਜਿਹਦੇ ਵਿਚਲਾ ਟ੍ਰਾਈਟਰਪੀਨੋਇਡ ਇੱਕ ਹੈ ਉਹਦੇ ਵਿਚਲਾ ਹਿੱਸਾ ਜੋ ਤੱਤ ਹੈ ਉਹ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਣ ਦੀ ਸਮਰੱਥਾ ਰੱਖਦਾ ਹੈ ਇਹ ਲੈਬੋਰੇਟਰੀ 'ਚ ਉਹ ਕੈਂਸਰ ਸੈੱਲਸ ਦੇ ਉੱਪਰ ਟ੍ਰਾਈ ਕਰਕੇ ਦੇਖਿਆ ਜਾ ਚੁੱਕਿਆ ਹੈ ਉਹਨੂੰ ਪਿਓਰੀਫਾਈਡ ਫਾਰਮ ਨੂੰ ਬਣਾਇਆ ਜਾ ਰਿਹਾ ਜੀ ਸੋ ਇਹ ਜਿਹਨੂੰ ਚੂਹਿਆਂ ਵਿੱਚ ਜੋ ਖੋਜ ਹੋਈ ਸੀ ਉਹਦੇ ਵਿੱਚ ਛਾਤੀ ਦੇ ਕੈਂਸਰ ਵਾਲਿਆਂ ਨੂੰ ਜਦੋਂ ਇਹ ਦਿੱਤਾ ਗਿਆ ਸੀ ਤਾਂ ਦੇਖਿਆ ਗਿਆ ਸੀ ਉਹਨਾਂ ਦੇ ਸੈੱਲ ਵੀ ਕਾਫੀ ਕੈਂਸਰ ਦੇ ਸੈੱਲ ਹੌਲੀ ਵਧੇ ਯਾਨੀ ਸਪੀਡ ਘਟ ਗਈ ਸੀ ਜੀ ਜੀ ਇਹਨਾਂ ਵਿੱਚ ਸਿਰਫ ਸੇਬ ਦੀਆਂ ਛਿੱਲੜਾਂ ਦਿੱਤੀਆਂ ਗਈਆਂ ਸੀ ਸੇਬ ਨੂੰ ਫੋਕ ਗਿਣਿਆ ਗਿਆ ਠੀਕ ਹੈ ਪਿੱਤੇ ਦੀ ਪੱਥਰੀ ਜਿਹੜੀ ਕੋਲੈਸਟ੍ਰੋਲ ਕਾਰਨ ਜਿਨ੍ਹਾਂ ਦੇ ਬਣਦੀ ਹੈ ਫੈਮਿਲੀ ਹਿਸਟਰੀ ਹੋਵੇ ਤਾਂ ਸੇਬ ਰੈਗੂਲਰ ਖਾਣ ਵਾਲਿਆਂ 'ਚ ਉਹ ਪਿੱਤੇ ਦੀ ਪੱਥਰੀ ਤੋਂ ਬਚਾ ਹੋ ਸਕਦਾ ਜੇ ਜੇ ਬਣ ਗਈ ਹੈ ਫਿਰ ਕੁਝ ਨਹੀਂ ਹੋ ਸਕਦਾ ਫਿਰ ਤੁਹਾਨੂੰ ਕਢਾਣੀ ਹੀ ਪੈਣੀ ਹੈ ਜੀ ਜਿੱਥੋਂ ਤੱਕ ਕਬਜ਼ ਦੀ ਗੱਲ ਜੇ ਸੇਬ ਕਬਜ਼ ਵੀ ਨਹੀਂ ਹੋਣ ਦਿੰਦਾ ਤੇ ਜੇ ਟੱਟੀਆਂ ਲੱਗੀਆਂ ਹੋਣ ਤਾਂ ਵੀ ਓਨਾ ਹੀ ਫਾਇਦੇਮੰਦ ਹੈ ਕਿਉਂਕਿ ਇਹਦੇ ਵਿੱਚ ਫਾਈਬਰ ਹੈ ਤੇ ਉਹ ਆਪਣੇ ਆਪ ਦੋਨੋਂ ਪਾਸੇ ਨੂੰ ਮੇਨਟੇਨ ਕਰ ਲੈਂਦਾ ਪਰ ਇੱਕ ਇਰੀਟੇਬਲ ਬਾਵਲ ਸਿੰਡਰੋਮ ਜਿਨ੍ਹਾਂ ਨੂੰ ਹੋਵੇ ਕਿ ਖਾਣਾ ਖਾਂਦੇ ਸਾਰ ਇੱਕਦਮ ਗੁਸਲਖਾਨੇ ਜਾਣਾ ਪੈਂਦਾ ਉਹਦੇ ਵਾਸਤੇ ਇਹ ਸੇਬ ਖਾਸ ਕਰ ਇਹਦੀ ਛਿੱਲੜ ਬਹੁਤ ਫਾਇਦੇਮੰਦ ਸਾਬਤ ਹੋ ਚੁੱਕੀ ਹੈ ਜੀ ਜੀ ਬਵਾਸੀਰ ਦੇ ਮਰੀਜ਼ਾਂ ਲਈ ਵੀ ਜੇ ਰੈਗੂਲਰ ਤੌਰ ਤੇ ਖਾਂਦੇ ਹੋਣ ਜੇ ਕਾਫੀ ਵੱਧ ਗਈ ਹੈ ਬਿਮਾਰੀ ਫਿਰ ਤਾਂ ਤੁਹਾਨੂੰ ਉਹਦਾ ਨਾਲ ਇਲਾਜ ਕਰਨਾ ਹੀ ਪੈਣਾ ਜੇ ਬਿਲਕੁਲ ਸ਼ੁਰੂਆਤ ਹੈ ਤਾਂ ਰੈਗੂਲਰ ਫਾਈਬਰ ਭਰਪੂਰ ਚੀਜ਼ਾਂ ਖਾਣ ਨਾਲ ਤੇ ਸੇਬ ਵੀ ਨਾਲ ਖਾਂਦੇ ਰਹਿਣ ਨਾਲ ਫਾਇਦਾ ਮਿਲ ਸਕਦਾ ਹੈ ਜੀ ਡਾਕਟਰ ਹੁਣ ਜਿਗਰ ਨੂੰ ਸਫਾਈ ਕਰਨੀ ਹੋਏ ਜੇ ਅੰਦਰ ਲਈ ਤਾਂ ਉਹਦੇ ਕੰਮ ਕਾਰ ਨੂੰ ਸਹੀ ਰੱਖਣ ਲਈ ਵੀ ਸੇਬ ਦੀ ਛਿੱਲੜ ਮੈਂ ਫਿਰ ਕਹਿ ਰਿਹਾ ਬਹੁਤ ਫਾਇਦੇਮੰਦ ਜੇ ਤੁਸੀਂ ਇਹਦੇ ਇਮਿਊਨ ਸਿਸਟਮ ਨੂੰ ਰਵਾਂ ਕਰਨਾ ਹੋਏ ਤਾਂ ਲਾਲ ਸੇਬ ਵਿਚਲਾ ਐਂਟੀ ਆਕਸੀਡੈਂਟ ਹੁੰਦਾ ਜੀ ਕੁਇਰਸੈਟਿਨ ਜੋ ਬਿਮਾਰੀ ਨਾਲ ਲੜਨ ਦੀ ਤਾਕਤ ਸਾਡੇ ਇਮਿਊਨ ਸਿਸਟਮ ਨੂੰ 3 ਗੁਣਾ ਰਵਾਂ ਕਰ ਸਕਦਾ ਜੀ ਠੀਕ ਹੈ ਹੋਰ ਇੰਪੋਰਟੈਂਟ ਚੀਜ਼ ਦੱਸਣਾ ਚਾਹੁੰਦੀ ਹਾਂ ਜੋ ਇੱਕ ਸਟੱਡੀ ਉਹ ਇਹ ਸੀ ਕਿ ਚਿੱਟੇ ਮੋਤੀਆ ਜਿਨ੍ਹਾਂ ਦੇ ਟੱਬਰ 'ਚ ਛੇਤੀ ਆਉਂਦਾ ਹੋਏ ਉਹਨਾਂ ਨੂੰ ਕਿਉਂਕਿ ਇਸ 'ਚ ਐਂਟੀ ਆਕਸੀਡੈਂਟ ਕਾਫੀ ਨੇ ਇਹ ਵੇਖਿਆ ਕਿ ਜਿਨ੍ਹਾਂ ਨੂੰ ਰੈਗੂਲਰ ਤੌਰ ਤੇ ਜੋ 7 ਦਿਨ ਸੇਬ ਖਾਂਦੇ ਸਨ ਉਹਨਾਂ ਵਿੱਚ ਉਸ ਫੈਮਿਲੀ ਮੈਂਬਰ ਨੂੰ ਬਾਕੀਆਂ ਨਾਲੋਂ ਜਿਹੜਿਆਂ ਨੂੰ ਛੇਤੀ ਹੋ ਰਿਹਾ ਸੀ ਉਸ ਵਿੱਚ 15% ਚਿੱਟਾ ਮੋਤੀਆ ਹੋਣ ਦਾ ਖਤਰਾ ਘਟਿਆ ਤੇ ਬਾਕੀਆਂ ਨਾਲੋਂ 10 ਸਾਲ ਬਾਅਦ ਚਿੱਟਾ ਮੋਤੀਆ ਹੋਇਆ ਯਾਨੀ ਇੰਨਾ ਅਸਰਦਾਰ ਜੇ ਸੇਬ ਦਾ ਛਿੱਲੜ ਮੈਂ ਫਿਰ ਕਹਿ ਦੇ ਛਿੱਲੜ ਦੇ ਖੋਜ ਹੋਈ ਜੇ ਹੁਣ ਇਹ ਦੇਖੋ ਨਾ ਅੱਜ ਦੀ ਨਹੀਂ ਇੱਕ ਕਮਾਲ ਜੇ ਕਿ ਇੰਨਾ ਫਾਇਦਾ ਜੇ ਮਿਲਦਾ ਹੋਵੇ ਤੇ ਫਿਰ ਅਸੀਂ ਅੱਜ ਦੇ ਦਿਨ ਮਜਬੂਰ ਹੋਏ ਬੈਠੇ ਹੋਈਏ ਕਿ ਅਸੀਂ ਇਹ ਖਾ ਹੀ ਨਹੀਂ ਸਕਦੇ ਸਿਰਫ ਇਸ ਕਰਕੇ ਕਿ ਇਹਦੇ ਬਾਹਰ ਛਿੱਲੜ ਤੇ ਜ਼ਹਿਰ ਲਾ ਦਿੱਤਾ ਜਾਂ ਜਿੰਨਾ ਵੀ ਥੱਲੋਂ ਇਹਦੇ ਉੱਤੇ ਸਪਰੇ ਕੀਤਾ ਜੋ ਕਿ ਛਿੱਲੜ ਲੰਘ ਕੇ ਅੰਦਰ ਤੱਕ ਪਹੁੰਚਿਆ ਪਿਆ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਕਰ ਕੀ ਰਹੇ ਹਾਂ ਜ਼ਹਿਰ ਇੱਕ ਦੂਜੇ ਨੂੰ ਨਹੀਂ ਖਵਾ ਰਹੇ ਅਸੀਂ ਉਹੀ ਚੀਜ਼ ਆਪਣੇ ਅੰਦਰ ਵੀ ਲਿਆ ਰਹੇ ਹਾਂ ਜਿਹਨੇ ਇਹ ਗੱਲ ਹੈ ਕਿ ਅਸੀਂ ਆਪਣੇ ਘਰ ਵਿੱਚ 4 ਦਰਖਤਾਂ ਤੇ ਸਪਰੇ ਨਹੀਂ ਕਰਦੇ ਮੈਂ ਬੜੀ ਸਪਸ਼ਟ ਉਹਨਾਂ ਨੂੰ ਵੀ ਸਮਝਾ ਦਿਆਂ ਕਿ ਕੁਦਰਤ ਬੜੀ ਕਮਾਲ ਦੀ ਚੀਜ਼ ਹੈ ਜਦੋਂ ਅਸੀਂ ਕਿਸੇ ਲਈ ਖਾਈ ਪੁੱਟਦੇ ਹਾਂ ਸਭ ਤੋਂ ਪਹਿਲਾਂ ਅਸੀਂ ਆਪ ਹੀ ਡਿੱਗਦੇ ਹਾਂ ਜਦੋਂ ਅਸੀਂ ਸਪਰੇ ਕਰਕੇ ਆਉਂਦੇ ਹਾਂ ਭੁੱਲ ਜਾਂਦੇ ਹਾਂ ਵੀ ਭਾਈ ਸਾਹਿਬ ਉਹ ਹਵਾ ਵਿੱਚ ਵੀ ਗਿਆ ਜੇ ਤੇ ਜ਼ਮੀਨ ਤੇ ਵੀ ਗਿਆ ਜੇ ਸੋ ਜਿਹੜੇ ਤੁਸੀਂ ਆਪਣੇ ਘਰ ਅੰਦਰ ਦਰਖਤ ਲਾਏ ਸੀ ਉਹਨੇ ਜ਼ਮੀਨ ਹੇਠ ਵੀ ਤੇ ਹਵਾ ਵਿੱਚੋਂ ਵੀ ਉੱਥੇ ਪਹੁੰਚ ਜਾਣਾ ਜੇ ਇਹ ਖੋਜ ਸਾਬਤ ਕਰ ਚੁੱਕੀ ਹੈ ਕਿ ਜਿਨ੍ਹਾਂ ਨੇ ਸਪਰੇ ਨਹੀਂ ਵੀ ਕੀਤਾ ਸੀ ਉੱਥੇ ਜਾਂ ਕਣਕ ਤੁਸੀਂ ਉਸ ਹਿੱਸੇ ਤੇ ਲਾਉਂਦੇ ਹੋ ਕਿ ਬਾਕੀ ਤੇ ਸਪਰੇ ਹੈ ਤੇ ਸਾਡੇ ਘਰ ਦੇ ਆਲੇ ਦੁਆਲੇ ਨਹੀਂ ਇਹ ਗਲਤ ਫਹਿਮੀ ਹੈ ਜ਼ਮੀਨ ਹੇਠੋਂ ਵੀ
ਉਪਰੋਂ ਹਵਾ ਤੋਂ ਵੀ ਉਹਦੇ ਵਿੱਚ ਪਹੁੰਚ ਹੀ ਜਾਣਾ। ਜੀ ਸੋ ਦੇਖੋ ਇੱਕ ਇੱਕ ਨਾ ਜਿਵੇਂ ਆਪਾਂ ਕਹਿੰਦੇ ਹਾਂ ਐਪਲ ਏ ਡੇ ਕੀਪਸ ਦੀ ਡਾਕਟਰ ਵੇ, ਇਸੇ ਤਰ੍ਹਾਂ ਹਾਂਜੀ ਇੱਕ ਰਾਬਰਟ ਸ਼ੁਲਰ ਨੇ ਬੜੀ ਕਮਾਲ ਦੀ ਗੱਲ ਕਹੀ ਸੀ, ਮੈਂ ਉਹ ਸਾਂਝੀ ਕਰਨਾ ਚਾਹੁੰਦੀ ਹਾਂ। ਉਹਦੀ ਵੀ ਲਿਖੀ ਗੱਲ ਸੀ, ਐਨੀ ਫੂਲ ਕੈਨ ਕਾਊਂਟ ਸੀਡਸ ਇਨ ਐਨ ਐਪਲ, ਬਟ ਓਨਲੀ ਗੋਡ ਕੈਨ ਕਾਊਂਟ ਆਲ ਦੀ ਐਪਲਸ ਇਨ ਵਨ ਸੀਡ। ਬੜੀ ਜੀ ਕਮਾਲ ਦੀ ਗੱਲ ਨੇ ਕਹੀ ਸੀ। ਸੋ ਮੇਰਾ ਮਕਸਦ ਇਹ ਹੈ ਕਿ ਦੱਸ ਦਈਏ ਕਿ ਜੇ ਤੁਹਾਨੂੰ ਕਿਤੋਂ ਵੀ ਔਰਗੈਨਿਕ ਜਾਂ ਘਰ ਬੀਜ ਲੈਂਦੇ ਹੋ ਤੁਸੀਂ, ਸਪਰੇ ਤੋਂ ਬਗੈਰ ਵਾਲੇ ਸੇਬ ਜੇ ਮਿਲਦੇ ਨੇ ਤਾਂ ਛਿੱਲੜ ਸਮੇਤ ਜ਼ਰੂਰ ਖਾਓ, ਵਰਨਾ ਬਾਹਰ ਖਰੀਦ ਕੇ ਸੇਬ ਜੇ ਸਪਰੇ ਵਾਲੇ ਨੇ ਜਾਂ ਬਾਹਰ ਕੁਛ ਲੱਗਿਆ ਤਾਂ ਛਿੱਲੜ ਲਾਉਣ ਤੋਂ ਬਾਅਦ ਵੀ ਤੁਹਾਨੂੰ ਹਾਸਲ ਕੁਝ ਵੀ ਨਹੀਂ ਹੋਣਾ। ਜੀ ਸੋ ਖਾਣ ਲਈ ਚੱਕ ਮਾਰ ਕੇ ਖਾ ਲਓ, ਇਸ ਤੋਂ ਪਹਿਲਾਂ ਕਿ ਮੈਨੂੰ ਕੋਈ ਫਿਰ ਫੋਨ ਕਰਕੇ ਪੁੱਛੇ ਖਾਣਾ ਕਿਵੇਂ, ਭਾਈ ਤੁਸੀਂ ਕਰਕੇ ਖਾ ਲਓ, ਜੀ ਐਪਲ ਪਾਈ ਬਣਾ ਲਓ, ਜੈਮ ਕਰਦਾ ਬਣਾ ਲਓ, ਤੁਸੀਂ ਤਾਜ਼ਾ ਰਸ ਘਰ ਕੱਢ ਲਓ, ਪਰ ਛਿੱਲੜ ਸਮੇਤ ਤੇ ਸਭ ਤੋਂ ਵਧੀਆ ਤਾਂ ਇਹੀ ਹੈ ਕਿ ਚੱਕ ਮਾਰੋ ਤੇ ਖਾਓ। ਸੋ ਬਿਲਕੁਲ, ਇਹ ਜਿਹੜੇ ਬਜ਼ੁਰਗ ਨੇ ਉਹ ਭਾਵੇਂ ਕੱਟ ਕੇ ਖਾਣ ਕਿਵੇਂ ਖਾਣ ਉਹ ਵੱਖਰੀ ਗੱਲ ਹੈ। ਬਿਲਕੁਲ, ਸੋ ਇਹਦੇ ਨਾਲ ਬਿਮਾਰੀਆਂ ਤੋਂ ਤਾਂ ਅਸੀਂ ਬਚਾਂਗੇ, ਲੰਮੀ ਉਮਰ ਵੀ ਭੋਗਾਂਗੇ, ਪਰ ਸਿਰਫ ਤਾਂ ਸੰਭਵ ਹੈ ਕਿ ਜੇ ਸਾਰੇ ਅਸੀਂ ਰਲ ਮਿਲ ਕੇ ਇੱਕ ਜਹਾਦ ਛੇੜੀਏ ਕਿ ਸੇਬਾਂ ਤੇ ਸਪਰੇ ਕਰਨ ਵਾਲੇ ਇਨਸਾਨੀਅਤ ਦੇ ਦੁਸ਼ਮਣ ਨੇ, ਇਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਇਸ ਤੋਂ ਘੱਟ ਨਹੀਂ, ਕਿਉਂਕਿ ਸਿਰਫ ਤੇ ਸਿਰਫ ਜ਼ਹਿਰ ਦੇ ਰਹੇ ਨੇ। ਅਸੀਂ ਨਿੱਕੇ ਨਿੱਕੇ ਆਪਣੇ ਬਾਲਾਂ ਨੂੰ ਵੀ ਉਹ ਜ਼ਹਿਰ ਉਦੋਂ ਤੋਂ ਹੀ ਦੇ ਰਹੇ ਹਾਂ ਜੋ ਕਿ ਸਾਡੇ ਸਾਹਮਣੇ ਦਿਸ ਰਿਹਾ ਹੈ। 10 ਸਾਲ 11 ਸਾਲ ਦੇ ਬੱਚਿਆਂ ਨੂੰ ਕੈਂਸਰ ਇਸ ਵੇਲੇ ਹੋ ਰਿਹਾ ਜੇ, ਇਹ ਵਾਕਈ ਤੋਂ ਇਹ ਤਾਂ ਸੱਚਮੁੱਚ ਜਿਹੜੇ ਸਜ਼ਾ ਦੇ ਹੱਕਦਾਰ ਨੇ ਜੋ ਸੇਬਾਂ ਦੇ ਵਿੱਚ ਜ਼ਹਿਰ ਪਾ ਕੇ ਸਾਨੂੰ ਦੇ ਰਹੇ। ਬਿਲਕੁਲ, ਕਿਉਂਕਿ ਕੁਦਰਤ ਦੀ ਇੰਨੀ ਵੱਡੀ ਨਿਆਮਤ ਹੈ ਜਿਹਦੇ ਇੰਨੇ ਹੀ ਫਾਇਦੇ ਨੇ, ਛਿਲਕੇ ਦੇ ਵਿੱਚ ਵੀ ਫਾਇਦੇ ਨੇ, ਤੇ ਉਹਨੂੰ ਜੇ ਤੁਸੀਂ ਇਦਾਂ ਵਿਗਾੜ ਕੇ ਦਿਓਗੇ ਤਾਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਸੋ ਡਾਕਟਰ ਸਾਹਿਬ, ਫਾਇਦੇ ਤੁਸੀਂ ਬਹੁਤ ਦੱਸੇ ਨੇ ਤੇ ਬਹੁਤ ਸਾਰੇ ਫਾਇਦੇ ਮੈਨੂੰ ਲੱਗਦਾ ਹਲੇ ਰਹਿ ਵੀ ਗਏ ਹੋਣਗੇ, ਪਰ ਕੋਈ ਇਹੋ ਜਿਹਾ ਨੁਕਸਾਨ ਹੈ ਸੇਬ ਖਾਣ ਨਾਲ ਵੀ, ਇਸ ਬਿਮਾਰੀ ਵਾਲਿਆਂ ਨੇ ਨਹੀਂ ਖਾਣਾ, ਇਸ ਸਪੈਸਿਫਿਕ ਪਰਸਨ ਨੇ ਨਹੀਂ ਖਾਣਾ, ਇਦਾਂ ਦੀ ਕੋਈ ਰੁਕਾਵਟ ਹੈ? ਦੇਖੋ ਪਹਿਲੀ ਹੋਈ ਹੈ ਜਿਸ ਬਾਰੇ ਮੈਂ ਲੱਭ ਰਹੀ ਸਾਂ ਕਿ ਅਜੇ ਤੱਕ ਦੀ ਹਮੇਸ਼ਾ ਹਰ ਖੋਜ ਦੇ ਨਾਲ ਕੋਈ ਨਾ ਕੋਈ ਪ੍ਰੀਕਾਸ਼ਨਸ ਵਾਰਨਿੰਗ ਦਿੱਤੀਆਂ ਹੁੰਦੀਆਂ, ਸਿਵਾਏ ਇਹਦੇ ਕਿ ਬੀਜ ਨਹੀਂ ਖਾਣੇ ਕਿਸੇ ਵੀ ਹਾਲ ਵਿੱਚ, ਉਹ ਈਵਨ ਅਬੋਰਸ਼ਨ ਤੱਕ ਕਹਿੰਦੇ ਕਈ ਵਾਰ ਇਸ ਨਾਲ ਹੋ ਜਾਂਦੀਆਂ ਨੇ। ਸੋ ਬੀਜ ਨਾ ਖਾਦੇ ਜਾਣ ਤਾਂ ਇਹ ਨਵਜੰਮੇ ਬੱਚੇ ਨੂੰ ਵੀ ਜੂਸ ਦਿੱਤਾ ਜਾ ਸਕਦਾ ਤੋਂ ਲੈ ਕੇ 100 ਵਰਿਆਂ ਤੱਕ ਹਰ ਤਰ੍ਹਾਂ ਦੀ ਬਿਮਾਰੀ ਚ ਹਰ ਕਿਸੇ ਨੂੰ ਫਾਇਦਾ ਦੇ ਸਕਦਾ ਹੈ। ਸੋ ਲੋੜੋਂ ਵੱਧ ਖਾਣ ਨਾਲ ਆਪਾਂ ਸਾਰੇ ਸਮਝਦੇ ਹਾਂ ਇੰਨਾ ਫਾਈਬਰ ਹੈ ਕਿ ਢਿੱਡ ਨੂੰ ਅਫਾਰਾ ਵੀ ਆਏਗਾ, ਔਖੇ ਵੀ ਹੋਵੋਗੇ। ਜੇ ਕਿਸੇ ਨੂੰ ਖਾਸ ਕਿਸਮ ਦੀ ਅਲਰਜੀ ਹੋਵੇ ਜੋ ਕਿ ਬਹੁਤ ਜ਼ਿਆਦਾ ਰੇਅਰ ਜੇ, ਪਰ ਫਿਰ ਵੀ ਜੇ ਹੋਵੇ ਤਾਂ ਨਾ ਖਾਓ, ਤੋ ਉਹ ਪਰਹੇਜ਼ ਕਰ ਲੈਣ, ਪਰ ਬੀਜ ਨਾ ਖਾਦੇ ਜਾਣ, ਬਸ ਇੰਨਾ ਹੀ ਬਹੁਤ। ਜੀ 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 ਬਿਲਕੁਲ ਡਾਕਟਰ ਸਾਹਿਬ, ਮੈਨੂੰ ਲੱਗਦਾ ਫਿਰ ਤੁਹਾਡੀ ਆਵਾਜ਼ ਚਲੀ ਗਈ ਸੀ, ਤੁਸੀਂ ਕਹਿ ਰਹੇ ਹੋ ਕਿ ਐਲਰਜੀ ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਹੈਗੀ ਆ ਉਹ ਬੀਜ ਨਾ ਖਾਣ। ਜੀ ਬਿਲਕੁਲ, ਜੀ 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 ਅਦਰਵਾਈਜ਼ ਇਹ ਦੇ ਨਾਲ ਐਲਰਜੀ ਮੈਂ ਦੱਸਿਆ ਸੀ ਕਿ ਕਰੋੜਾਂ ਚ ਕਿਸੇ ਇੱਕ ਨੂੰ ਭਾਵੇਂ ਹੋਵੇ, ਨਹੀਂ ਤਾਂ ਹਰ ਉਮਰ ਦਾ ਬੰਦਾ ਆਰਾਮ ਨਾਲ ਇਹਨੂੰ ਖਾ ਸਕਦਾ ਜੇ। ਜੀ ਜੀ ਤੇ ਡਾਕਟਰ ਸਾਹਿਬ ਇੱਕ ਸਵਾਲ ਮੈਂ ਹੋਰ ਪੁੱਛਾਂਗੀ, ਜਿਵੇਂ ਹੁੰਦਾ ਕਿ ਕਈ ਵਾਰੀ ਹੁੰਦਾ ਕਿ ਇਹ ਫਰੂਟ ਤੁਸੀਂ ਇਸ ਸਮੇਂ ਤੇ ਖਾਣਾ ਹੈਗਾ, ਇਦਾਂ ਦੀ ਵੀ ਕੋਈ ਪ੍ਰੀਕਾਸ਼ਨ ਹੈ ਕਿ ਸੇਬ ਨੂੰ ਇਸ ਸਮੇਂ ਤੇ ਸਵੇਰੇ ਖਾਓਗੇ ਤਾਂ ਜ਼ਿਆਦਾ ਫਾਇਦਾ ਦਿੰਦਾ ਆ? ਜੀ ਹਮੇਸ਼ਾ ਹੀ ਸੇਬ ਫਾਇਦਾ ਦਿੰਦਾ ਜੇ ਖਾਣੇ ਤੋਂ ਪਹਿਲਾਂ। ਆਮ ਤੌਰ ਤੇ ਅਸੀਂ ਰੱਖ ਦਿੰਦੇ ਹਾਂ ਕਿ ਇਹ ਸੇਬ ਖਾਵਾਂਗੇ ਫਰੂਟ ਵਾਂਗ ਖਾਣੇ ਤੋਂ ਬਾਅਦ, ਜਦਕਿ ਸੇਬ ਅਸਰਦਾਰ ਜ਼ਿਆਦਾ ਜੇ ਜਦੋਂ ਖਾਣੇ ਤੋਂ 15 ਮਿੰਟ ਪਹਿਲਾਂ ਖਾਧਾ ਜਾਏ। ਸੋ ਇੰਨਾ ਕੁ ਖਿਆਲ ਰੱਖਿਓ ਕਿ ਇਹਦਾ ਪੂਰਾ ਫਾਇਦਾ ਲੈਣ ਲਈ ਛਿੱਲੜ ਸਮੇਤ ਤੇ ਖਾਣੇ ਤੋਂ 15 ਮਿੰਟ ਪਹਿਲਾਂ ਲੈਣਾ ਜੇ, ਭਾਵੇਂ ਸਵੇਰ ਵੇਲੇ ਲਓ, ਦੁਪਹਿਰ ਵੇਲੇ ਜਾਂ ਰਾਤ ਵੇਲੇ, ਪਰ ਲਓ ਖਾਣੇ ਤੋਂ ਪਹਿਲਾਂ। ਜੀ ਜੀ ਸੋ ਡਾਕਟਰ ਸਾਹਿਬ ਇੱਕ ਸਵਾਲ ਮੈਂ ਨਿੱਕਾ ਜਿਹਾ ਹੋਰ ਪੁੱਛੂੰਗੀ, ਤੇ ਮੈਂ ਬੜਾ ਸੁਣਿਆ ਕਿ ਜਿਹੜਾ ਭਾਰ ਘੱਟ ਕਰਨ ਦੇ ਵਿੱਚ ਬੜਾ ਸਹਾਈ ਹੁੰਦਾ, ਤੁਸੀਂ ਬੜੇ ਫਾਇਦੇ ਦੱਸੇ ਨੇ, ਵੇਟ ਕੰਟਰੋਲ ਕਰਨ 'ਚ ਵੀ ਹੈਲਪ ਕਰਦਾ? ਜੀ ਬਿਲਕੁਲ, ਵੇਟ ਕੰਟਰੋਲ ਲਈ ਬਿਹਤਰੀਨ ਫਲ ਮੰਨਿਆ ਗਿਆ ਇਹ, ਮੈਂ ਜਿੰਨੀਆਂ ਵਿੱਚ ਤੁਹਾਨੂੰ ਦੱਸਿਆ ਵੀ ਸੀ, 3 ਅਲੱਗ-ਅਲੱਗ ਮੁਲਕਾਂ ਦੀਆਂ ਖੋਜਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਤੇ ਹਰ ਖੋਜ ਵਿੱਚ ਇਹਦੇ ਨਤੀਜੇ 100% ਆਏ ਨੇ ਕਿ ਜਿਹੜੇ ਸੇਬ ਖਾਣ ਵਾਲੀਆਂ ਸੀ ਜਿਹੜੀਆਂ ਔਰਤਾਂ ਮੋਟਾਪੇ ਦੀਆਂ ਸ਼ਿਕਾਰ, ਉਹਨਾਂ ਤੇ ਜੋ ਕੀਤਾ ਗਿਆ ਸੀ ਸਾਰੀਆਂ ਦਾ ਹੀ ਵਜ਼ਨ ਘਟਿਆ, ਬਚਰਤੇ ਕਿ ਤੁਸੀਂ ਨਾਲ ਇਹ ਨਾ ਹੋਏ ਕਿ ਘਿਓ ਦਾ ਨਾਲ ਤੁਸੀਂ ਕੌਲੀ ਭਰ ਕੇ ਪੀ ਰਹੇ ਹੋਵੋ, ਉਹ ਨਹੀਂ,
ਖੁਰਾਕ ਧਿਆਨ ਰੱਖੋ, ਕਸਰਤ ਕਰੋ ਤੇ ਨਾਲ ਸੇਬ ਤੁਹਾਨੂੰ ਕਾਫੀ ਜ਼ਿਆਦਾ ਫਾਇਦੇਮੰਦ ਸਾਬਤ ਜੋ ਹੋ ਚੁੱਕਿਆ, ਫਾਇਦਾ ਦਏਗਾ, ਇਹਨੂੰ ਰੈਗੂਲਰ ਵਰਤਣਾ ਸ਼ੁਰੂ ਕਰੋ। ਜੀ, ਡਾਕਟਰ ਸਾਹਿਬ ਇੱਕ ਸਵਾਲ ਹੋਰ ਮੈਂ ਪੁੱਛਾਂਗੀ, ਤੁਸੀਂ ਕਹੋਗੇ ਜ਼ਿਆਦਾ ਟਾਈਮ ਲੈ ਰਹੀ ਹੈ, ਇੱਕ ਗ੍ਰੀਨ ਐਪਲ ਵੀ ਹੁੰਦਾ ਹੈ, ਇੱਕ ਲਾਲ ਐਪਲ ਬਾਰੇ ਸਾਰੇ ਆਪਾਂ ਸੁਣਦੇ ਹਾਂ ਵੀ ਲਾਲ ਲਾਲ ਸੇਬ ਖਾਣਾ, ਇਹ ਗ੍ਰੀਨ ਐਪਲ ਹੈ ਜਿਹੜਾ, ਉਹਨਾਂ ਦੋਨਾਂ ਦੇ ਫਾਇਦੇ ਇੱਕੋ ਜਿਹੇ ਹੁੰਦੇ ਨੇ ਜਾਂ ਕੋਈ ਫਰਕ ਹੁੰਦਾ, ਜਾਂ ਫਿਰ ਆਪਾਂ ਕਿਸੇ ਹੋਰ ਪ੍ਰੋਗਰਾਮ 'ਚ ਗੱਲ ਕਰੀਏ? ਨਹੀਂ, ਜਿੰਨੀਆਂ ਖੋਜਾਂ ਹੋਈਆਂ ਨੇ, ਕਿਉਂਕਿ ਦੇਖੋ ਆਪਾਂ ਗੱਲ ਕਰਦੇ ਹਾਂ ਸਿਰਫ ਖੋਜ ਦੇ ਉੱਤੇ ਆਧਾਰਿਤ, ਜੀ ਜਿੰਨੀਆਂ ਖੋਜਾਂ ਹੋਈਆਂ ਨੇ ਮੈਡੀਕਲ ਖੋਜਾਂ, ਉਹ ਸਿਰਫ ਹੀ ਲਾਲ ਸੇਬ ਉੱਤੇ ਹੋਈਆਂ ਨੇ, ਹਰੇ ਸੇਬ ਜੀ ਉੱਤੇ ਖੋਜ ਨਹੀਂ ਹੋਈਆਂ। ਵੈਸੇ ਤੁਸੀਂ ਖਾਣੇ ਚਾਹੋ ਜਾਂ ਨੈਟ ਤੇ ਤੁਸੀਂ ਆਪਣੇ ਫਾਇਦੇ ਲੱਭ ਕੇ ਲੈ ਲਓ, ਮੈਂ ਤੁਹਾਨੂੰ ਸਿਰਫ ਉਹ ਨੁਕਤੇ ਦੱਸੇ ਨੇ ਜੋ ਛਪ ਚੁੱਕੀਆਂ ਖੋਜਾਂ, ਜਿਨ੍ਹਾਂ ਤੇ ਬਲੱਡ ਟੈਸਟ ਹੋਏ ਲੰਬੇ ਸਮੇਂ ਤੱਕ, ਉਹਨੂੰ ਘੋਖ ਕੇ ਫੇਰ ਜੋ ਨਤੀਜੇ ਨਿਕਲੇ ਨੇ, ਮੈਂ ਸਿਰਫ ਉਹ ਦੱਸੇ ਨੇ, ਤੇ ਉਹ ਜੀ ਸਿਰਫ ਲਾਲ ਵਿੱਚ ਹੋਏ ਨੇ, ਉਹ ਵੀ ਰੈੱਡ ਡਿਲੀਸ਼ੀਅਸ, ਇਹਨਾਂ ਚੋਂ ਸਭ ਤੋਂ ਬਿਹਤਰੀਨ ਮੰਨਿਆ ਗਿਆ ਸੀ ਲਾਲ ਵਾਲਿਆਂ ਚੋਂ। ਹਰੇ ਸੇਬ ਉੱਤੇ ਹਾਲੇ ਤੱਕ ਕੋਈ ਖਾਸ ਇੱਕ ਵੀ ਮੇਰੇ ਨਜ਼ਰੀ ਨਹੀਂ ਲੰਘੀ ਕੋਈ ਖੋਜ ਜਿਹੜੀ ਕਿਸੇ ਮੈਡੀਕਲ ਕਾਲਜ ਵਿੱਚ ਜਾਂ ਕਿਸੇ ਲੈਬੋਰੇਟਰੀ ਵਿੱਚ ਕਿਸੇ ਬੰਦੇ ਉੱਤੇ ਜਾਂ ਕਿਸੇ ਔਰਤ ਉੱਤੇ ਕੀਤੀ ਗਈ ਹੋਵੇ, ਇਹੋ ਜਿਹੀ ਮੇਰੇ ਕੋਲ ਸਟੱਡੀ ਅਜੇ ਨਜ਼ਰੀ ਨਹੀਂ ਆਈ। ਜੀ, ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੇਬ ਇੱਕ ਬੜਾ ਹੀ ਇੰਪੋਰਟੈਂਟ ਆਪਾਂ ਕਹਿ ਸਕਦੇ ਹਾਂ ਫਰੂਟ ਹੈ ਤੇ ਵਿਸ਼ਾ ਸੀਗਾ, ਸੋ ਕੋਸ਼ਿਸ਼ ਕੀਤੀ ਹੈ ਡਾਕਟਰ ਸਾਹਿਬ ਨੇ ਕਿ ਹਰ ਇੱਕ ਜੁੜੀ ਸੇਬ ਦੇ ਨਾਲ ਚੀਜ਼ ਗੱਲ ਤੁਹਾਨੂੰ ਦੱਸੀ ਜਾਵੇ, ਪਰ ਫਿਰ ਵੀ ਜੇ ਤੁਹਾਡੇ ਸਵਾਲ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ, ਤੇ ਇੱਕ ਇਹ ਵੀ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਕਿ ਅਗਲੇ ਹਫਤੇ ਅਸੀਂ ਟਰਾਈ ਕਰਾਂਗੇ ਕਿ ਖਾਲਸ ਖਾਣਾ ਵੀਡੀਓ ਰੂਪ ਦੇ ਵਿੱਚ ਸਾਡੇ ਲਈ ਲੈ ਕੇ ਆਈਏ, ਤੇ ਉਸ ਤੋਂ ਅਗਲੇ ਹਫਤੇ ਅਸੀਂ ਟਰਾਈ ਕਰਾਂਗੇ ਕਿ ਫੋਨ ਕਾਲਸ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਸਾਨੂੰ ਕਰ ਸਕਦੇ ਹੋ, ਤੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਵਾਅਦਾ ਨਹੀਂ ਕਰਦੇ ਹੈਗੇ, ਪਰ ਕੋਸ਼ਿਸ਼ ਕਰਾਂਗੇ ਕਿ ਅਗਲੇ ਹਫਤੇ ਅਸੀਂ ਵੀਡੀਓ ਰੂਪ 'ਚ ਤੁਹਾਡੇ ਨਾਲ ਜੁੜਾਂਗੇ। ਕਿਉਂ ਡਾਕਟਰ ਸਾਹਿਬ, ਠੀਕ ਹੈ, ਤੁਸੀਂ ਰਾਜ਼ੀ ਹੋ ਇਸ ਲਈ? ਜੀ ਬਿਲਕੁਲ ਬਿਲਕੁਲ, ਕਿਉਂ ਨਹੀਂ, ਜੀ ਜ਼ਰੂਰ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ, ਨੈਕਸਟ ਟਾਈਮ ਵੀਡੀਓ ਕਰ ਸਕੀਏ, ਤੇ ਜੀ ਉਸ ਤੋਂ ਅਗਲੀ ਵਾਰ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕੁਝ ਸਵਾਲ ਵੀ ਸ਼ਾਮਲ ਕਰ ਸਕੀਏ। ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਖਾਲਸ ਖਾਣਾ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ, ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਤੇ ਅਗਲੇ ਹਫਤੇ ਫੇਰ ਜੀ, ਤੁਹਾਡੇ ਪਰ ਜੀ ਮੈਂ ਨਹੀਂ, 1 ਮਿੰਟ ਹਰਚਰਨ ਜੀ, ਇੱਕ ਹਾਂਜੀ ਬਹੁਤ ਹਾਂਜੀ ਜ਼ਰੂਰੀ ਗੱਲ ਦੇਖੋ, ਹਮੇਸ਼ਾ ਵਾਂਗ ਜੀ ਫਾਇਦਾ ਤਾਂ ਸਿਰਫ ਤਾਂ ਮਿਲਣਾ ਜੇ ਜਦੋਂ ਇਹ ਸ਼ੇਅਰ ਹੋਏਗੀ, ਵਰਨਾ ਨਹੀਂ ਜੇ ਮਿਲਦਾ। ਬਿਲਕੁਲ ਬਿਲਕੁਲ, ਇਹ ਤਾਂ ਹੁਣ ਸਾਡਾ ਨਿਯਮ ਹੋ ਗਿਆ, ਅਸੀਂ ਇਹ ਗੱਲ ਕਰਨੀ ਕਰਨੀ ਹੈ ਵੀ ਫਾਇਦਾ ਤਾਂ ਹੋਣਾ। ਮੈਨੂੰ ਲੱਗਦਾ ਸੱਚੀ ਮੁੱਚੀ ਕਹਿੰਦੇ ਨੇ ਕਿ ਸਰਸਵਤੀ ਮੂੰਹ ਤੇ ਬਹਿ ਜਾਂਦੀ ਹੈ ਤੁਹਾਡੀ ਜੀਭ ਤੇ, ਤੇ ਇਹ ਕਿਤੇ ਗੱਲ ਸੱਚੀ ਨਾ ਹੋ ਜਾਏ ਕਿ ਜੇ ਫਾਇਦਾ ਉਹਨਾਂ ਨੂੰ ਹੋਵੇ ਹੀ ਨਾ ਜਿਹੜੇ ਨਾ ਸਾਂਝਾ ਕਰਨ। ਬਿਲਕੁਲ ਬਿਲਕੁਲ, ਕਿਉਂਕਿ ਜਦੋਂ ਤੁਸੀਂ ਮਨ ਵਿੱਚ ਕਿਸੇ ਹੋਰ ਪ੍ਰਤੀ ਚੰਗੀ ਭਾਵਨਾ ਭਰਦੇ ਆ, ਤਾਂ ਫਿਰ ਉਹ ਪਰਮਾਤਮਾ ਹੀ ਕਿਸੇ ਨਜ਼ਰ ਰਾਹੀਂ ਉਤਰ ਆਉਂਦਾ ਤੇ ਫਾਇਦਾ ਦੇ ਦਿੰਦਾ। ਤਾਂ ਜੀ ਇਸੇ ਲਈ ਤਾਂ ਵੱਡੀ ਗੱਲ ਹੀ ਨਹੀਂ ਕਿ ਆਪਾਂ ਕਿਸੇ ਹੋਰ ਲੋੜਵੰਦ ਨੂੰ ਜੋ ਬਿਮਾਰੀਆਂ ਨਾਲ ਜੂਝ ਰਿਹਾ, ਇੱਕ ਪ੍ਰੋਗਰਾਮ ਦੀ ਉਹਨੂੰ ਵੀ ਅੱਗੇ ਫਾਰਵਰਡ ਕਰ ਦਈਏ, ਲੈ ਭਾਈ ਤੂੰ ਵੀ ਤੰਦਰੁਸਤ ਹੋ ਜਾ, ਤੇ ਫਿਰ ਬਿਲਕੁਲ ਆਪਾਂ ਤਾਂ ਆਪਣੇ ਆਪ ਹੀ ਤੰਦਰੁਸਤ ਹੋ ਜਾਣਾ ਉਸ ਖੁਸ਼ੀ ਨਾਲ ਕਿ ਅਸੀਂ ਕਿਸੇ ਹੋਰ ਨੂੰ ਠੀਕ ਕਰ ਸਕੇ। ਜੀ ਬਿਲਕੁਲ, ਸੋ ਸਾਰੇ ਸਾਂਝਾ ਕਰੋ ਪ੍ਰੋਗਰਾਮ ਅੱਗੇ, ਤੇ ਕਿਸੇ ਹੋਰ ਦਾ ਭਲਾ ਕਰੋ, ਤੇ ਸੇਬ ਖਾਓ ਦੱਬ ਕੇ ਦੰਦੀਆਂ ਵੱਢ ਕੇ। ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਜੀ, ਅਕਾਲ। ਸਤਿ ਸ਼੍ਰੀ ਅਕਾਲ।